ਹਰ ਸਤਿ ਸ੍ਰੀ ਅਕਾਲ ਰੇਡੀਓ ਵਾਇਸ ਆਫ ਖਾਲਸਾ ਤੇ ਮੈਂ ਸੁਰਿੰਦਰ ਸਿੰਘ ਹਾਜ਼ਰ ਹਾਂ ਜੀ ਪ੍ਰੋਗਰਾਮ ਦੀਵੇ ਦੀ ਲੋਅ ਲੈ ਕੇ ਦੀਵੇ ਦੀ ਲੋਅ ਵਿੱਚ ਅੱਜ ਅਸੀਂ ਖਾਲਿਸਤਾਨ ਦੇ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਖਾਲਿਸਤਾਨ ਦਾ ਵਿਸ਼ਾ ਕਿਉਂਕਿ ਸਿੱਧੇ ਤੌਰ ਦੇ ਉੱਤੇ ਸਿੱਖ ਕੌਮ ਦੇ ਨਾਲ ਜੁੜਿਆ ਹੋਇਆ ਤੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਦਰਦਮਾਨੀ ਵੀ ਕਰਦਾ ਪਰ ਕੀ ਖਾਲਿਸਤਾਨ ਦਾ ਜਿਹੜਾ ਮੁੱਦਾ ਉਹ ਸਹੀ ਢੰਗ ਨਾਲ ਉਠਾਇਆ ਵੀ ਜਾ ਰਿਹਾ ਜਾਂ ਇਸ ਦੇ ਉੱਤੇ ਸੰਘਰਸ਼ ਵੀ ਕੀਤਾ ਜਾ ਰਿਹਾ ਇਹ ਕੁੱਝ ਗੱਲਾਂ ਜਾਂ ਇਸ ਦੇ ਉੱਤੇ ਚੋਣਾਂ ਲੜਨਾ ਜਾਂ ਇਹਦੇ ਬਾਰੇ ਆਮ ਜੋ ਲੋਕਾਂ ਦੇ ਵਿੱਚ ਲੋਕ ਰਾਏ ਪੈਦਾ ਕਰਨ ਦੀ ਗੱਲ ਹੈ ਇਹਦੇ ਬਾਰੇ ਕਾਫੀ ਅਹਿਮ ਸਵਾਲ ਨੇ ਜਿਹੜੇ ਸਾਡੇ ਸਰੋਤੇ ਨੇ ਉਹਨਾਂ ਦੇ ਮਨ ਦੇ ਵਿੱਚ ਵੀ ਬਲਬਲੇ ਬਣ ਕੇ ਉੱਠਦੇ ਨੇ ਤੇ ਹਮੇਸ਼ਾ ਜਿਹੜੀਆਂ ਵੱਖ ਵੱਖ ਧਿਰਾਂ ਨੇ ਉਹ ਇਸ ਵਿਸ਼ੇ ਨੂੰ ਲੈ ਕੇ ਜਿਹੜੀਆਂ ਸਿੱਖ ਧਿਰਾਂ ਨੇ ਖਾਸ ਕਰਕੇ ਜਿਹੜੀਆਂ ਆਪਣਾ ਏਜੰਡਾ ਲੈ ਕੇ ਚੱਲੀਆਂ ਹੋਈਆਂ ਨੇ ਉਹਨਾਂ ਦੇ ਖਿਲਾਫ਼ ਪ੍ਰਚਾਰ ਦਾ ਸਾਧਨ ਵੀ ਬਣਦਾ ਇਹਦੇ ਵਿੱਚ ਕਾਫੀ ਗੱਲਾਂ ਕਰਨ ਵਾਲੀਆਂ ਨੇ ਸਭ ਤੋਂ ਪਹਿਲਾਂ ਮੈਂ ਦੱਸਦਿਆਂ ਕਿ ਅੱਜ ਇਸ ਵਿਸ਼ੇ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਖੁੱਲ੍ਹਾ ਸਤਿ ਹੈ ਗੱਲਬਾਤ ਕਰਨ ਦਾ ਤੇ ਗੱਲਬਾਤ ਜੇ ਉਸਾਰੂ ਮਾਹੌਲ ਦੇ ਵਿੱਚ ਹੋਵੇ ਤਾਂ ਮੈਂ ਕਹਿੰਦਾ ਕਿ ਗੱਲ ਹੀ ਕੀ ਹੈ ਤੇ ਰੇਡੀਓ ਵਾਇਸ ਆਫ ਖਾਲਸਾ ਦੇ ਸਰੋਤੇ ਨੇ ਜਿਹੜੇ ਉਹ ਹਮੇਸ਼ਾ ਹੀ ਉਸਾਰੂ ਪਹੁੰਚ ਲੈ ਕੇ ਸਾਡੇ ਨਾਲ ਗੱਲਬਾਤ ਕਰਦੇ ਰਹੇ ਨੇ ਤੇ ਉਹਨਾਂ ਨੇ ਹਮੇਸ਼ਾ ਹੀ ਮੁੱਲਵਾਨ ਵਿਚਾਰ ਪੇਸ਼ ਕੀਤੇ ਨੇ ਮੁੱਲਵਾਨ ਸਵਾਲ ਕੀਤੇ ਨੇ ਤੇ ਹਮੇਸ਼ਾ ਲਈ ਉਹਨਾਂ ਨੇ ਇਹ ਇੱਕ ਅਜਿਹਾ ਆਧਾਰ ਬਣਾਇਆ ਜਿਹਦੇ ਨਾਲ ਉਹਨਾਂ ਦਾ ਪਤਾ ਲੱਗਦਾ ਕਿ ਜਿਹੜੇ ਰੇਡੀਓ ਵਾਇਸ ਆਫ ਖਾਲਸਾ ਦੇ ਸਰੋਤੇ ਨੇ ਉਹ ਬਾਕੀ ਜਿਹੜੇ ਰੇਡੀਓ ਨੇ ਜਾਂ ਬਾਕੀ ਜੋ ਸਿੱਖ ਮੀਡੀਆ ਹੁਣ ਦਾ ਧਰਮ ਜਿਹੜਾ ਹੈ ਬਾਕੀ ਦੀਆਂ ਸੰਸਥਾਵਾਂ ਨੂੰ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਪਰ ਉਹਨਾਂ ਨਾਲੋਂ ਵੱਡੇ ਪੱਧਰ ਦੇ ਉੱਤੇ ਮੈਂ ਕਹਿੰਦਾ ਕਿ ਉਹ ਜੁੜੇ ਹੋਏ ਨੇ ਮੈਂ ਤਹਿ ਦਿਲ ਉਹਨਾਂ ਸਾਰਿਆਂ ਦਾ ਸਵਾਗਤ ਕਰਦਾ ਤੇ ਫਤਿਹ ਸਾਂਝੀ ਕਰਦਾ ਜੀ ਸਾਰੇ ਜਿਹੜੇ ਜਿੰਨੇ ਵੀ ਸਰੋਤੇ ਨੇ ਉਹਨਾਂ ਦਾ ਸਵਾਗਤ ਕਰਦਾ ਹੋਇਆ ਅੱਜ ਦੇ ਇਸ ਪ੍ਰੋਗਰਾਮ ਦੀ ਵਿਜਲੋ ਦੇ ਵਿੱਚ ਹਾਜ਼ਰ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਰਾਤ ਦੇ ਸਹੀ 9:02 ਹੋ ਰਹੇ ਨੇ ਜੀ ਅੰਮ੍ਰਿਤਸਰ ਦੀਆਂ ਘੜੀਆਂ ਦੇ ਮੁਤਾਬਕ ਤੇ ਸਮਾਂ ਜਿਹੜਾ ਹੈਗਾ ਆਪਣੀ ਚਾਲ ਕਹਿੰਦੇ ਨੇ ਉਹ ਚੱਲਦਾ ਰਹਿੰਦਾ ਤੇ ਅਸੀਂ ਜਿਹੜਾ ਹੈ ਉਹ ਆਪਣਾ ਪ੍ਰੋਗਰਾਮ ਸਦਾ ਕਰਦੇ ਰਹਿੰਦੇ ਹਾਂ ਜੇ ਅਸੀਂ ਥੋੜਾ ਪਿਛੋਕੜ ਚ ਜਾਈਏ ਤਾਂ ਜਿਹੜੀ ਗੱਲ ਹੈ ਵੈਸੇ ਗੁਰੂ ਨਾਨਕ ਦੇਵ ਜੀ ਜਿਹੜੇ ਹੈ ਨੇ ਸਾਡੇ ਪਹਿਲੇ ਗੁਰੂ ਉਹਨਾਂ ਦੇ ਰਾਹੀਂ ਜੋ ਵਿਚਾਰਧਾਰਾ ਪੂਰੀ ਦੁਨੀਆਂ ਦੇ ਵਿੱਚ ਵਿਕਸਦੀ ਹੈ ਉਸ ਤੋਂ ਸ਼ੁਰੂ ਹੁੰਦੀ ਹੈ ਪਰ ਕਿਉਂਕਿ ਗੱਲ ਮੌਕੇ ਦੇ ਮਾਹੌਲ ਨਾਲ ਕਰ ਰਹੇ ਹਾਂ ਅਸੀਂ ਅਜੋਕੇ ਸੰਦਰਭ ਦੇ ਵਿੱਚ ਕਰ ਰਹੇ ਹਾਂ ਇਸ ਲਈ ਗੱਲ ਕਰਨੀ ਬਣਦੀ ਹੈ ਕਿ ਅਸੀਂ ਜਿਹੜਾ ਆਪਣਾ ਏਜੰਡਾ ਉਸ ਨੂੰ ਕਿਸ ਤਰੀਕੇ ਨਾਲ ਜਿਹੜਾ ਹੈ ਲੋਕਾਂ ਦੇ ਵਿੱਚ ਰੱਖ ਰਹੇ ਹਾਂ ਕੀ ਉਹ ਪ੍ਰਵਾਨ ਚੜ ਰਿਹਾ ਜਾਂ ਨਹੀਂ ਚੜ ਰਿਹਾ ਇਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਖੁੱਲ੍ਹਾ ਸਤਿ ਹੈ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦਾ ਪਰ ਗੱਲ ਮੈਨੂੰ ਲੱਗਦਾ ਕਿ ਸ਼ਬਦਾਂ ਦੀ ਜਿਹੜੀ ਖੇਤੀ ਆ ਉਹ ਅਸੀਂ ਕਰਦੇ ਹਾਂ ਤੇ ਜੇਕਰ ਸ਼ਬਦਾਂ ਨੂੰ ਵੱਢ ਕੇ ਜਾਂ ਉਹਨਾਂ ਨੂੰ ਮੈਂ ਕਹਿੰਦਾ ਕਿ ਕੱਚਾ ਮਾਲ ਸਮਝ ਕੇ ਕਿਸੇ ਫੈਕਟਰੀ ਦੇ ਵਿੱਚ ਪਾਇਆ ਜਾਵੇ ਤਾਂ ਇੱਕ ਜਾਂ ਦੋ ਵਾਕ ਹੀ ਬਣਾ ਕੇ ਸਾਡੇ ਤੱਕ ਪੁੱਜਦੇ ਕਰਨਾ ਜ਼ਿਆਦਾ ਜਦੋਂ ਆਪਾਂ ਲੰਬੀ ਗੱਲ ਕੀਤੀ ਬਹੁਤ ਸਾਰੇ ਜਿਹੜੇ ਸਰੋਤੇ ਨੇ ਉਹ ਰਹਿ ਜਾਂਦੇ ਨੇ ਗੱਲਬਾਤ ਕਰਨ ਤੋਂ ਸੋ ਮੈਂ ਬੇਨਤੀ ਕਰਦਾ ਜਾਂ ਸਵਾਲ ਤੇ ਜਾਂ ਜਿਹੜਾ ਵਿਚਾਰ ਹੈ ਠੋਕ ਕੇ ਕਿਸੇ ਦੇ ਕਹਿੰਦੇ ਭਾਵੇਂ ਕਿਸੇ ਨੂੰ ਮਹਿਸੂਸ ਨਾ ਹੋਵੇ ਤੇ ਉਸ ਤਰੀਕੇ ਨਾਲ ਆਪਾਂ ਜਿਹੜੀ ਗੱਲ ਕਰਨੀ ਹੈ ਸਾਡੇ ਕੋਲ ਸ਼ਬਦ ਬਹੁਤ ਨੇ ਬਹੁਤ ਅਸੀਂ ਜੇ ਕਿਸੇ ਨੂੰ ਕਹਿੰਦੇ ਪੰਜਾਬੀ ਭਾਸ਼ਾ ਦੀ ਅਮੀਰ ਹੈ ਜੇ ਕਿਸੇ ਨੂੰ ਗਾਲਾਂ ਵੀ ਕੱਢਣੀਆਂ ਹੋਣ ਤਾਂ ਉਸਨੂੰ ਚੰਦਰਿਆ ਵੀ ਕਹਿ ਦੇਈਦਾ ਚੰਦ ਸ਼ਬਦ ਤੋਂ ਬਣਿਆ ਚੰਦਰਾ ਚੰਦਰਿਆ ਫਿਰ ਉਹ ਮਾਵਾਂ ਨੇ ਜਿਹੜੀਆਂ ਸਾਡੀਆਂ ਗਾਲਾਂ ਕੱਢਦੀਆਂ ਨੇ ਸੋ ਸਾਡੇ ਕੋਲ ਅਜਿਹੇ ਸ਼ਬਦ ਨੇ ਕਿ ਅਸੀਂ ਜੇ ਕਿਸੇ ਨੂੰ ਪਿਆਰ ਕਰਨਾ ਹੋਵੇ ਜਾਂ ਅਸੀਂ ਕਿਸੇ ਨੂੰ ਅਸੀਂ ਕੁੱਝ ਕਹਿਣਾ ਹੋਵੇ ਤਾਂ ਆਪਣੇ ਪੱਧਰ ਦੇ ਉੱਤੇ ਅਸੀਂ ਕਿਸੇ ਵੀ ਤਰੀਕੇ ਨਾਲ ਬਹੁਤ ਸਾਰੇ ਸ਼ਬਦ ਨੇ ਜਿਹੜੇ ਉਹ ਅਸੀਂ ਵਰਤੋਂ ਵਿੱਚ ਲਿਆ ਸਕਦੇ ਹਾਂ ਖਾਲਸਾ ਦੇ ਮੁੱਦੇ ਤੇ ਗੱਲਬਾਤ ਹੋਏਗੀ ਅਜੋਕੇ ਸੰਦਰਭ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਇੱਕ ਖਬਰ ਸੁਣਾ ਰਿਹਾ ਤੁਹਾਨੂੰ ਸਾਰਿਆਂ ਨੂੰ ਲੰਬੀ ਹਲਕੇ ਦੇ ਵਿੱਚ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੂੰਹ ਤੇ ਕਿਸੇ ਨੇ ਜੁੱਤੀ ਮਾਰੀ ਹੈ ਤੇ ਉਹਦੀਆਂ ਐਨਕਾਂ ਵੀ ਟੁੱਟੀਆਂ ਨੇ ਤੇ ਜੁੱਤੀ ਮਾਰਨ ਵਾਲੇ ਜਿਹੜੇ ਵਿਅਕਤੀ ਨੇ ਉਹਨਾਂ ਦਾ ਨਾਮ ਹੈ ਗੁਰਬਚਨ ਸਿੰਘ ਤੇ ਉਹਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਕਿਹਾ ਜਾ ਰਿਹਾ ਕਿ ਉਹ ਭਾਈ ਅਮਰੀਕ ਸਿੰਘ ਅਜਨਾਲਾ ਦੇ ਸਾਥੀ ਨੇ ਤੇ ਬਾਦਲ ਨੇ ਕਿਹਾ ਕਿ ਜੁੱਤੀ ਮਾਰਨ ਵਾਲੇ ਗਰਮ ਖਿਆਲੀ ਨੇ ਖਾੜਕੂ ਧਿਰਾਂ ਦੇ ਨੁਮਾਇੰਦੇ ਨੇ ਸੋ ਗੱਲ ਇਸ ਤਰੀਕੇ ਨਾਲ ਅਸੀਂ ਕਰ ਰਹੇ ਹਾਂ ਪੰਜਾਬ ਦਾ ਮਾਹੌਲ ਪੰਜਾਬ ਦੇ ਲੋਕ ਬਾਦਲਾਂ ਤੋਂ ਓਕੇ ਹੋਏ ਨੇ ਤੇ ਬਾਦਲਾਂ ਨੂੰ ਚਾਹੁੰਦੇ ਨੇ ਬਾਹਰ ਦਾ ਰਸਤਾ ਦਿਖਾਉਣਾ ਵਿਧਾਨ ਸਭਾ ਤੋਂ ਪਰ ਕੀ ਉਹ ਜਿਹੜਾ ਬਾਹਰ ਦਾ ਰਸਤਾ ਦੇਖਣਗੇ ਜਾਂ 2012 ਵਾਂਗ ਹੀ ਵੋਟਾਂ ਦੀ ਮੈਨੇਜਮੈਂਟ ਕਰਕੇ ਵਿਰੋਧੀ ਵੋਟਾਂ ਨੂੰ ਵੰਡ ਕੇ ਦੁਬਾਰਾ ਸੱਤਾ ਦੇ ਵਿੱਚ ਆ ਜਾਂਦੇ ਨੇ ਇਹ ਦੇਖਣ ਵਾਲੀ ਗੱਲ ਹੋਏਗੀ ਲੋਕਾਂ ਦਾ ਜਿਹੜਾ ਉਭਾਰ ਹੈ ਜਾਂ ਲੋਕਾਂ ਦੇ ਜਿਹੜੇ ਵਿਚਾਰ ਨੇ ਲੋਕਾਂ ਦੀ ਜਿਹੜੀ ਰਗ ਹੈ ਉਹ ਇਹ ਕਹਿ ਰਹੀ ਹੈ ਕਿ ਬਾਦਲਾਂ ਨੂੰ ਇਸ ਵਾਰ ਸਿਆਸੀ ਤੌਰ ਦੇ ਉੱਤੇ ਸਬਕ ਸਿਖਾਉਣਾ ਤੇ ਸਿਆਸੀ ਤੌਰ ਦੇ ਉੱਤੇ ਪੂਰਾ ਉਹਨਾਂ ਨੂੰ ਸਜ਼ਾ ਵੀ ਦੇਣੀ ਹੈ ਕੀ ਬਾਦਲ ਸਿਆਸੀ ਤੌਰ ਦੇ ਉੱਤੇ
ਪੰਜਾਬ ਦੇ ਨਕਸ਼ੇ ਤੋਂ ਖਤਮ ਹੋ ਜਾਣਗੇ। ਦੇਖਣ ਵਾਲੀ ਗੱਲ ਹੋਏਗੀ, ਪਰ ਅਸੀਂ ਅੱਜ ਗੱਲ ਕਰ ਰਹੇ ਹਾਂ ਖਾਲਿਸਤਾਨ ਦੀ। ਖਾਲਿਸਤਾਨ ਕਿਹੋ ਜਿਹਾ ਹੋਏਗਾ, ਖਾਲਿਸਤਾਨ ਕੀ ਹੋਏਗਾ, ਕਿ ਅਸੀਂ 6 ਜੂਨ 2014 ਨੂੰ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਇੱਕ ਘਟਨਾ ਹੋਈ ਸੀ ਜਿਸ ਦੇ ਵਿੱਚ ਮੱਕੜ ਸੈਨਾ ਨੇ ਉੱਥੇ ਜਿਹੜੇ ਸਿੱਖ ਸਨ ਉਹਨਾਂ ਨਾਲ ਕੁੱਟਮਾਰ ਵੀ ਕੀਤੀ ਸੀ, ਉੱਥੇ ਦਰਿੰਦਗੀ ਦਾ ਨੰਗਾ ਨਾਚ ਨੱਚਿਆ ਸੀ ਤੇ ਉੱਥੇ ਖੁੱਲੀ ਗੁੱਸਾਗਰਦੀ ਕੀਤੀ ਸੀ ਤੇ ਉਹ ਜਿਹੜੇ ਅਸੀਂ ਨਨਕਾਣਾ ਸਾਹਿਬ ਦਾ ਸਾਕਾ ਸੀ ਉਹ ਘਟਨਾਵਾਂ ਜਿਹੜੀਆਂ ਨੇ ਉਹ ਸਾਨੂੰ 6 ਜੂਨ 2014 ਦੀਆਂ ਘਟਨਾਵਾਂ ਨੇ ਯਾਦ ਕਰਵਾ ਦਿੱਤੀਆਂ ਸਨ। ਬਹੁਤ ਸਾਰੇ ਕਤਲ ਹੋਏ, ਬਹੁਤ ਸਾਰੇ ਖਾੜਕੂ ਸੰਘਰਸ਼ ਦੇ ਦੌਰਾਨ ਜਿਹੜੇ ਸਰਕਾਰ ਦੇ ਖਿਲਾਫ ਆਜ਼ਾਦੀ ਦੀ ਲੜਾਈ ਲੜਨ ਵਾਲੇ ਜਿਹੜੇ ਯੋਧੇ ਸਨ ਉਹਨਾਂ ਦੇ ਆਪਸ ਦੇ ਵਿੱਚ ਵੀ ਕਤਲ ਹੋਏ। ਇਹਨਾਂ ਦੇ ਵਿੱਚ ਮੈਂ ਕਿਸੇ ਦੇ ਨਾਮ ਲੈਣਾ ਠੀਕ ਨਹੀਂ ਸਮਝਾਂਗਾ। ਬਹੁਤ ਸਾਰੀਆਂ ਗ੍ਰਿਫਤਾਰੀਆਂ ਹੋਈਆਂ ਜਿਹਨਾਂ ਬਾਰੇ ਸ਼ੱਕ ਪ੍ਰਗਟ ਕੀਤਾ ਜਾਂਦਾ, ਤੇ ਕੁਛ ਨੇ ਖੁੱਲੇ ਰੂਪ ਦੇ ਵਿੱਚ ਤੌਹਮਤਾਂ ਵੀ ਲਾਈਆਂ ਨੇ ਕਿ ਉਹਨਾਂ ਨੂੰ ਫਲਾਣੇ ਸਿੰਘ ਨੇ ਗ੍ਰਿਫਤਾਰ ਕਰਵਾਇਆ, ਫਲਾਣੇ ਸਿੰਘ ਨੇ ਗ੍ਰਿਫਤਾਰ ਕਰਵਾਇਆ। ਇਹ ਜਿਹੜੀ ਗੱਲਬਾਤ ਹੈ ਇਹ ਪਿਛਲੇ ਦਿਨਾਂ ਦੇ ਵਿੱਚ ਅਸੀਂ ਚਰਚਾ ਦੇ ਵਿੱਚ ਵੀ ਸੁਣੀ, ਕਾਫੀ ਚਰਚਾ ਦੇ ਵਿੱਚ ਰਹੀ ਇਹ ਗੱਲਬਾਤ ਤੇ ਕੁਛ ਅਸੀਂ ਦੇਖਦੇ ਹਾਂ ਕਿ 2-3 ਧਿਰਾਂ ਦੇ ਵਿੱਚ ਵੰਡਿਆ ਜਾ ਚੁੱਕਾ ਜੋ ਸਿੱਖ ਪੰਥ ਹੈ। ਇੱਕ ਉਹ ਧਿਰਾ ਜਿਹੜੀ ਨਿਰੋਲ ਸਿੱਖੀ ਨੂੰ ਕਾਇਮ ਰੱਖਣਾ ਚਾਹੁੰਦੀ ਹੈ, ਇਹਦੇ 'ਚ ਸਿੱਖ ਮਿਸ਼ਨਰੀ ਤੇ ਕੁਛ ਵਿਦਵਾਨ ਲੋਕ ਵੀ ਸ਼ਾਮਲ ਨੇ, ਤੇ ਡੇਰੇਦਾਰਾਂ RSS ਤੇ ਨਿਰਮਲਿਆਂ ਬ੍ਰਾਹਮਣਾਂ ਨੂੰ ਨਿਰੋਲ ਸਿੱਖੀ ਦਾ ਪ੍ਰਚਾਰ ਕਰਨ ਦੇ ਨਾਲ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਵਿਰੋਧ 'ਚ ਨੇ ਤੇ ਇਹਨਾਂ ਨੂੰ ਅਸੀਂ ਦੇਖਦੇ ਹਾਂ ਕਿ ਕੁੱਕਿਆਂ ਦੇ ਨਾਲ ਨਫ਼ਰਤ ਨਹੀਂ ਤੇ ਬਾਦਲਕਿਆਂ ਨਾਲ ਵੀ ਨਫ਼ਰਤ ਨਹੀਂ ਤੇ ਨਿਆਰੀ ਤੇ ਨਿਰੋਲ ਸਿੱਖੀ ਨਾਲ ਨਫ਼ਰਤ ਹੈ। ਕੁਛ ਜਿਹੜੇ ਬ੍ਰਾਹਮਣਵਾਦੀ ਜਿਹੜੇ ਅਸੀਂ ਦੇਖਦੇ ਹਾਂ ਕਿ ਲੋਕ ਨੇ ਕੁਛ ਸੰਪਰਦਾਵਾਂ ਦੇ, ਦੂਜੀ ਧਿਰ ਉਹ ਹੈ ਜਿਹੜੇ ਪੱਗਾਂ ਵਾਲੇ ਹਿੰਦੂ ਬਣ ਕੇ ਖੁਸ਼ ਹੈ, ਉਹਨਾਂ ਦੀ ਯਾਰੀ RSS ਨਾਲ ਤੇ ਭਾਰਤੀ ਜਨਤਾ ਪਾਰਟੀ ਦਾ ਮੈਨੂੰ ਲੱਗਦਾ ਕਿ ਵੱਡਾ ਪਗੜੀ ਧਾਰੀ ਹਿੱਸਾ ਵੀ ਉਹਨਾਂ ਸਿੱਖਾਂ ਦਾ ਹੀ ਹੈ। ਉਹ ਮੰਦਰਾਂ 'ਚ ਪੂਜਾ ਵੀ ਕਰਦੇ ਨੇ, ਹਵਨ ਵੀ ਕਰਾਉਂਦੇ ਨੇ ਤੇ ਸਿੱਖਾਂ ਨੂੰ ਆਪਣਾ ਜਿਹੜੇ ਜੁਝਾਰੂ ਸਿੱਖ ਨੇ ਉਹਨਾਂ ਨੂੰ ਆਪਣਾ ਦੁਸ਼ਮਣ ਸਮਝਦੇ ਨੇ ਤੇ ਸਿੱਖਾਂ ਦੇ ਦੁਸ਼ਮਣਾਂ ਨੂੰ ਸਟੇਜਾਂ ਤੇ ਸਨਮਾਨ ਦਿੰਦੇ ਨੇ, ਉਹਨਾਂ ਦੀ ਉਹ ਕਰਦੇ ਨੇ। ਉਹਨਾਂ ਦੇ ਘਰਾਂ 'ਚ ਸ਼ਿਵਲਿੰਗ ਦੀ ਪੂਜਾ ਹੁੰਦੀ ਹੈ, ਉਹ ਨਾਮਧਾਰੀ ਸਰਸੇ ਵਾਲੇ ਰਾਧਾ ਸਵਾਮੀ ਨੂਰ ਮਹਿਲੀਏ ਤੇ ਹੋਰ ਕਿੰਨੇ ਹੀ ਮਤਲਬ ਸੰਤ ਬਾਬੇ ਨੇ ਤੇ ਉਹਨਾਂ ਦੇ ਅੱਗੇ ਮੱਥੇ ਟੇਕਦੇ ਨੇ ਤੇ ਉਹਨਾਂ ਦਾ ਈਸਟ ਜਿਹੜਾ ਹੈ ਉਹ ਸਾਕਤ ਮੱਤ ਹੈ ਤੇ ਹਿੰਦੂ ਇਤਿਹਾਸ ਦੇ ਤਰਜਮੇ ਵਾਲੀ ਜਿਹੜੀ ਜਾਂ ਹਿੰਦੂ ਇਤਿਹਾਸ ਦੀ ਜਿਹੜੀ ਗੱਲ ਹੈ ਉਹਦੇ ਅੱਗੇ ਸੀਸ ਝੁਕਾਉਂਦੇ ਨੇ। ਇਹਨਾਂ 'ਚ ਹਿੰਦੂ ਮੱਤ ਦੀ ਨਿਰਮਲਾ ਉਦਾਸੀ ਸੰਪਰਦਾ ਦੇ ਜਿਹੜੇ ਪ੍ਰਚਾਰਕ ਨੇ ਉਹ ਵੀ ਸ਼ਾਮਲ ਨੇ ਤੇ ਹੋਰ ਬਹੁਤ ਸਾਰੇ ਜਿਹੜੇ ਡੇਰੇ ਨੇ ਉਹ ਸ਼ਾਮਲ ਨੇ। ਇੱਕ ਤੀਜੀ ਧਿਰ ਹੋਰ ਹੈ, ਤੀਜੀ ਧਿਰ 'ਚ ਉਹ ਬੰਦੇ ਆਉਂਦੇ ਨੇ ਜਿਹੜੇ ਕੁਛ ਅਸੀਂ ਕਹਿੰਦੇ ਹਾਂ ਕਿ ਉਹਨਾਂ ਨੂੰ ਕੋਈ ਇਤਰਾਜ਼ ਨਹੀਂ, ਉਹ ਨਿਰੋਲ ਚੱਲਦੇ ਨੇ। ਉਹ ਭਾਵੇਂ ਕੋਈ ਦਸਮ ਗ੍ਰੰਥ ਨੂੰ ਮੰਨੇ ਜਾਂ ਨਾ ਮੰਨੇ, ਭਾਵੇਂ ਕੋਈ ਕਿਸੇ ਤਰੀਕੇ ਨਾਲ ਪੂਜਾ ਕਰੇ ਨਾ ਪੂਜਾ ਕਰੇ, ਭਾਵੇਂ ਕੋਈ ਪਾਠ ਨਿਤਨੇਮ ਕਰੇ ਜਾਂ ਨਾ ਕਰੇ, ਉਹਨਾਂ ਨੇ ਆਪਣੀ ਸਿਹਤ ਤੇ ਨੱਕ ਦੀ ਸਿਹਤ ਤੁਰੇ ਜਾਣਾ ਤੇ ਉਹ ਸਿੱਖੀ ਵੱਲ, ਸਿੱਖੀ ਪ੍ਰਚਾਰ ਵੱਲ ਉਹਨਾਂ ਦਾ ਧਿਆਨ ਜ਼ਿਆਦਾ ਕੇਂਦਰਿਤ। ਪਰ ਇਹ 3 ਤਰ੍ਹਾਂ ਦੀਆਂ ਜਿਹੜੀਆਂ ਧਿਰਾਂ ਨੇ ਅਸੀਂ ਦੇਖਦੇ ਹਾਂ ਕਿ ਆਪੋ ਆਪਣੇ ਕਾਰਜ ਦੇ ਵਿੱਚ ਲਗਾਤਾਰ ਲੱਗੀਆਂ ਹੋਈਆਂ ਨੇ। ਇਹ 3 ਧਿਰਾਂ ਦੇ ਵਿੱਚੋਂ ਅੱਗੇ ਕਈ ਕਈ ਬ੍ਰਾਂਚਾਂ ਨੇ 3 ਧਿਰਾਂ ਦੀਆਂ ਜਿਹੜੀਆਂ ਲਗਭਗ ਅਸੀਂ ਦੇਖਦੇ ਹਾਂ ਕਿ 80 ਦੇ ਕਰੀਬ ਇਹ ਨੇ ਅੱਗੇ ਬ੍ਰਾਂਚਾਂ ਬਣ ਜਾਂਦੀਆਂ ਨੇ। ਇਹਨਾਂ 'ਚ ਵੱਖ ਵੱਖ ਅਕਾਲੀ ਧੜੇ, ਵੱਖ ਵੱਖ ਅਸੀਂ ਦੇਖਦੇ ਹਾਂ ਕਿ ਜਥੇ ਸੇਵਕ, ਜਥੇ ਸੇਵਾ ਕਰਨ ਵਾਲੇ, ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ, ਇਸ ਤਰੀਕੇ ਨਾਲ ਇਹ ਲੋਕ ਨੇ ਜਿਹੜੇ ਆਪਣਾ ਕਾਰਜ ਅਸੀਂ ਕਰ ਰਹੇ ਹਾਂ। ਸਾਨੂੰ ਪਤਾ ਨਹੀਂ ਕਿਹੜੇ ਧੜੇ ਦੇ ਵਿੱਚ ਰੱਖਿਆ ਜਾਂਦਾ ਜੋ ਅਸੀਂ ਇਹ ਜਿਹੜਾ ਕਾਰਜ ਕਰ ਰਹੇ ਹਾਂ, ਤਾਂ ਮੈਨੂੰ ਲੱਗਦਾ ਕਿ ਸਾਨੂੰ ਤੀਜੇ ਧੜੇ ਦੇ ਵਿੱਚ ਰੱਖੋਗੇ ਤੁਸੀਂ ਸਾਰੇ ਜਾਂ ਅਸੀਂ ਮੰਨੀਏ। ਪਰ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਇਹ ਸਾਂਝਾ ਏਜੰਡਾ, ਸਿੱਖ ਨੈਣ ਦਾ ਏਜੰਡਾ, ਇਸ ਨੂੰ ਅਸੀਂ ਜ਼ਿਆਦਾ ਖਿਲਾਰ ਕੇ ਨਾ ਬਲਕਿ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਹ ਪਿਛਲੇ ਦਿਨੀ ਚੋਣਾਂ ਦੇ ਐਲਾਨ ਹੋਣ ਦੇ ਨਾਲ ਇਹ ਜਿਹੜਾ ਮੁੱਦਾ ਇੱਕ ਵਾਰ ਫੇਰ ਭਖਿਆ ਤੇ ਬਹੁਤ ਸਾਰੇ ਸੱਜਣ ਨੇ ਇਸ ਦੇ ਬਾਰੇ ਵੱਖ ਵੱਖ ਵਿਚਾਰ ਰੱਖਦੇ ਹੋਣਗੇ। ਮੇਰੇ ਆਪਣੇ ਜਿਹੜੇ ਨਿੱਜੀ ਵਿਚਾਰ ਨੇ ਉਹਨਾਂ ਬਾਰੇ ਮੈਂ ਇੱਥੇ ਗੱਲ ਨਹੀਂ ਕਰਾਂਗਾ, ਪਰ ਕਿਉਂਕਿ ਇੱਕ ਮੈਂ ਪੱਤਰਕਾਰੀ ਦੇ ਤੌਰ ਦੇ ਉੱਤੇ, ਖਾਸ ਕਰਕੇ ਸਿੱਖ ਪੱਤਰਕਾਰੀ ਦੇ ਤੌਰ ਦੇ ਉੱਤੇ ਜੇ ਅਸੀਂ ਦੇਖੀਏ ਤਾਂ ਇਹਨਾਂ ਵਿਚਾਰਾਂ ਦੇ ਵਿੱਚ ਅਸੀਂ ਜਿਹੜਾ ਸਿੱਖ ਨੇਸ਼ਨ ਆ, ਸਿੱਖ ਨੇਸ਼ਨ ਦਾ ਸਾਂਝਾ ਏਜੰਡਾ, ਉਹਦੀ ਗੱਲ ਹੀ ਕਰਾਂਗੇ। ਇਹ ਗੱਲ ਕਿਵੇਂ ਅੱਗੇ ਚੱਲਦੀ ਹੈ, ਕਿਵੇਂ ਅੱਗੇ ਵੱਧਦੀ ਹੈ, ਇਹ ਆਪਣੇ ਆਪ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਮਹੱਤਵਪੂਰਨ ਹੈ। ਤੁਹਾਡੇ ਸਾਰਿਆਂ ਦੇ ਲਈ ਮਹੱਤਵਪੂਰਨ ਆ, ਸਾਡੇ ਲਈ ਮਹੱਤਵਪੂਰਨ ਹੈ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ
ਇੱਥੋਂ ਤੱਕ ਕਿ ਸਾਡੇ 100 ਸਾਲ 150 ਸਾਲ ਬਾਅਦ ਜਿਹੜੇ ਬੱਚੇ ਹੋਣਗੇ ਉਹਨਾਂ ਦੇ ਲਈ ਵੀ ਮਹੱਤਵਪੂਰਨ ਹੈ। ਕਹਿੰਦੇ ਨੇ ਕਿ ਇੱਕ ਛੋਟੀ ਜਿਹੀ ਗਲਤੀ, ਇੱਕ ਸੈਕਿੰਡ ਦੀ ਗਲਤੀ ਜਿਹੜੀ ਹੁੰਦੀ ਹੈ, ਭਾਵੇਂ ਉਸਦੀ ਬਾਅਦ ਦੇ ਵਿੱਚ ਮਾਫ਼ੀ ਮੰਗ ਲਈ ਜਾਵੇ ਕਿ ਗਲਤੀ ਹੋ ਗਈ, ਪਰ ਉਸਦੀ ਜਿਹੜੀ ਸਜ਼ਾ ਉਹ ਸਾਨੂੰ ਕਈ ਵਾਰ ਸਾਡੇ ਨੂੰ ਕਈ ਕਈ ਪੀੜ੍ਹੀਆਂ ਤੱਕ, ਹਜ਼ਾਰਾਂ ਸਾਲਾਂ ਤੱਕ ਭੁਗਤਣੀ ਪੈਂਦੀ ਹੈ। ਅਸੀਂ ਦੇਖਦੇ ਹਾਂ ਕਿ ਜਿਹੜੇ ਲੋਕ ਜਥੇਦਾਰਾਂ ਬਾਰੇ ਗੱਲ ਕਰਦੇ ਨੇ, ਜਥੇਦਾਰਾਂ ਦਾ ਵੀ ਕਿਉਂਕਿ ਮੌਜੂਦਾ ਜਿਹੜੇ ਜਥੇਦਾਰ ਨੇ ਜਾਂ ਸਰਬੱਤ ਖਾਲਸਾ ਵੱਲੋਂ ਬਣਾਏ ਗਏ ਜਥੇਦਾਰ ਨੇ, ਇਹਦੇ ਨਾਲ ਇੱਕ ਵਖਰੇਵੇਂ ਦੀ ਜਿਹੜੀ ਹੈ ਉਹ ਲਾਈਨ ਤੁਰ ਪੈਂਦੀ ਹੈ। ਵਖਰੇਵਾਂ ਜਿੱਥੇ ਆ ਗਿਆ, ਜਿੱਥੇ ਦੋ ਧਿਰਾਂ ਹੋ ਗਈਆਂ, ਤੇ ਉੱਥੇ ਆਪਾ ਵਿਰੋਧੀ ਤੇ ਉਹਨਾਂ ਆਪਾ ਵਿਰੋਧੀ ਜਥੇਬੰਦੀਆਂ ਦੀਆਂ ਅੱਗੋਂ ਕਈ ਕਈ ਜਥੇਬੰਦੀਆਂ ਨੇ ਜਿਹੜੀਆਂ ਆਪਣੀ ਮਤ ਦੇ ਹਿਸਾਬ ਨਾਲ ਕਾਰਜ ਕਰਦੀਆਂ ਨੇ, ਜਿਨ੍ਹਾਂ ਦਾ ਮੈਨੂੰ ਲੱਗਦਾ ਕਿ ਦੂਰ ਤੱਕ ਜਾ ਕੇ ਕੋਈ ਸਾਰਥਕ ਹੱਲ ਨਾ ਨਿਕਲ ਕੇ ਉਹ ਭਰਮ ਭੁਲੇਖੇ ਵਾਲਾ ਹੱਲ ਹੋ ਜਾਂਦਾ, ਤੇ ਇਹ ਰੀਤ ਜਿਹੜੀ ਚੱਲ ਪੈਂਦੀ ਹੈ। ਅਸੀਂ ਦੇਖਦੇ ਹਾਂ ਕਿ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਹਾਦਤ ਤੋਂ ਬਾਅਦ ਦਮਦਮੀ ਟਕਸਾਲ ਨੂੰ ਕਾਫੀ ਦੇਰ ਤੱਕ ਬਾਬਾ ਠਾਕੁਰ ਸਿੰਘ ਜੀ ਨੇ ਇੱਕ ਸੂਤਰ ਦੇ ਵਿੱਚ ਬੰਨ ਕੇ ਰੱਖਿਆ, ਤੇ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜਿਹੜੀ ਦਮਦਮੀ ਟਕਸਾਲ ਸੰਪਰਦਾ ਉਹ 3 ਹਿੱਸਿਆਂ 'ਚ ਵੰਡੇ ਗਏ। ਭਾਈ ਗਿਆਨੀ ਰਾਮ ਸਿੰਘ ਸੰਗਰਾਵਾਂ, ਅਮਰੀਕ ਸਿੰਘ ਅਜਨਾਲਾ ਤੇ ਇੱਕ ਦਾ ਧੂਮਾ ਬਣ ਗਿਆ। ਤੇ ਜੇਕਰ ਇਹ ਆਪਣੀ ਆਪਣੀ ਥਾਂ ਦੇ ਉੱਤੇ ਇੰਨੀ ਮਜ਼ਬੂਤੀ ਦੇ ਨਾਲ ਡਟੇ ਰਹਿਣਗੇ, ਅੱਗੋਂ ਚੱਲ ਕੇ ਇਹ ਸੰਸਥਾਵਾਂ ਇੱਕ ਅਸੀਂ ਕਹਾਂਗੇ ਕਿ 3 ਹਿੱਸਿਆਂ ਦੇ ਵਿੱਚ ਹੀ ਅੱਗੇ ਅੱਗੇ ਵਿਕਾਸ ਕਰਨਗੀਆਂ, ਤੇ ਇਹਦੇ 3 ਹਿੱਸੇ ਹੋਣਗੇ, ਮੰਨੇ ਜਾਣਗੇ। ਇਤਿਹਾਸ ਵੀ ਇਸੇ ਤਰ੍ਹਾਂ ਇਸਦਾ ਵੇਰਵਾ ਆਏਗਾ। ਜੇ ਇਸ ਦੇ ਉੱਤੇ ਅਜਿਹਾ ਰੇੜਕਾ ਨਾ ਪੈਂਦਾ ਤਾਂ ਮੈਨੂੰ ਲੱਗਦਾ ਕਿ ਇਹ ਸੰਸਥਾ ਇੱਕੋ ਰਹਿਣੀ ਸੀ, ਕਿ ਸਿੱਖੀ ਦਾ ਪ੍ਰਚਾਰ ਇਸ ਦੇ ਰਾਹੀਂ ਬਹੁਤ ਵੱਡੇ ਪੱਧਰ ਦੇ ਉੱਤੇ ਫੈਲਣਾ ਸੀ। ਕਿਉਂਕਿ 1984 ਦੇ ਵਿੱਚ ਸੰਤ ਜਰਨੈਲ ਸਿੰਘ ਦੀ ਸ਼ਹਾਦਤ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਉਹ ਕਾਫੀ ਵੱਡੇ ਪੱਧਰ ਦੇ ਉੱਤੇ ਇਸ ਸੰਸਥਾ ਦਾ ਨਾਮ ਉੱਭਰ ਕੇ ਸਾਡੇ ਸਾਹਮਣੇ ਆਉਂਦਾ। ਦੁਨੀਆਂ ਭਰ ਦੇ ਸਿੱਖ ਇਸ ਸੰਸਥਾ ਵੱਲ ਦੇਖਣ ਲੱਗ ਪਏ ਸਨ ਕਿ ਹੁਣ ਕੌਣ ਇਸਦਾ ਮੁਖੀ ਬਣੇਗਾ ਤੇ ਕਿਸ ਤਰੀਕੇ ਦੀ ਆਵਾਜ਼ ਉੱਥੋਂ ਬੁਲੰਦ ਕਰੇਗਾ। ਸੋ ਖਾਲਿਸਤਾਨ ਦੀ ਇੱਕ ਸੋਚ ਹੈ, ਖਾਲਿਸਤਾਨ ਦੀ ਸੋਚ ਦੇ ਉੱਤੇ ਅਸੀਂ ਆਉਂਦੇ ਹਾਂ ਜੀ ਕਿ ਖਾਲਿਸਤਾਨ ਕੀ ਹੈ, ਤੇ ਭਾਈ ਗਜਿੰਦਰ ਸਿੰਘ ਜਿਹੜੇ ਇਸ ਟਾਈਮ ਪਾਕਿਸਤਾਨ 'ਚ ਬੈਠੇ ਨੇ ਉਹਨਾਂ ਦੇ ਬਾਰੇ ਮੈਂ ਜ਼ਿਕਰ ਕਰਾਂਗਾ। ਉਹਨਾਂ ਨੇ ਇੱਕ ਲੇਖ ਲਿਖਿਆ ਸੀ ਕਿ ਅਸੀਂ ਖਾਲਿਸਤਾਨ ਦੇ ਸ਼ਹਿਰੀ ਹਾਂ। ਕਹਿੰਦੇ ਆਕੂਪਾਈਡ ਖਾਲਿਸਤਾਨ ਨਾਟ ਐਨ ਇੰਡੀਅਨ। ਕਿਸੇ ਸਿੱਖ ਨੌਜਵਾਨ ਵੱਲੋਂ ਇੰਟਰਨੈਟ ਤੇ ਇਹ ਸ਼ਬਦ ਲਿਖੇ ਹੋਏ ਸੀ, ਗਜਿੰਦਰ ਸਿੰਘ ਕਹਿੰਦੇ ਨੇ, ਤੇ ਉਹਨਾਂ ਨੂੰ ਇਹ ਸ਼ਬਦ ਪੜ੍ਹ ਕੇ ਖੁਸ਼ੀ ਹੋਈ, ਤੇ ਉਹਨਾਂ ਨੂੰ ਆਪਣੇ ਪੁਰਾਣੇ ਦਿਨ ਯਾਦ ਹੈ ਜਦੋਂ ਉਹ ਚੰਡੀਗੜ੍ਹ ਦੀਆਂ ਸੜਕਾਂ ਤੇ ਮਸ਼ਾਲਾਂ ਹੱਥ ਫੜ ਕੇ ਗੱਜਦੇ ਵੱਜਦੇ ਭਾਰਤ ਸਾਡਾ ਦੇਸ਼ ਨਹੀਂ ਦੇ ਨਾਅਰੇ ਮਾਰਦੇ ਹੁੰਦੇ ਸੀ। ਸੋ ਇਹ ਗੱਲ ਉਹਨਾਂ ਨੇ ਆਪਣੇ ਉਸ ਲੇਖ 'ਚ ਲਿਖੀ ਹੈ, ਤੇ ਕਹਿੰਦੇ ਨੇ ਕਿ 14 ਅਗਸਤ 1947 ਨੂੰ ਪਾਕਿਸਤਾਨ ਬਣਿਆ ਸੀ ਤੇ 15 ਅਗਸਤ ਨੂੰ ਹਿੰਦੁਸਤਾਨ ਆਜ਼ਾਦ ਹੋਇਆ ਸੀ, ਤੇ ਸਿੱਖ ਆਪਣੀ ਬਦਕਿਸਮਤੀ ਕਰਕੇ ਖਾਲੀ ਹੱਥ ਰਹਿ ਗਏ। ਠੱਗੇ ਜਾਣ ਦਾ ਅਹਿਸਾਸ, ਖਾਲੀ ਹੱਥ ਰਹਿ ਜਾਣ ਦਾ ਅਹਿਸਾਸ ਸਿੱਖਾਂ ਦੇ ਇੱਕ ਵੱਡੇ ਤਬਕੇ ਨੂੰ ਭਾਵੇਂ 1947 ਤੋਂ ਛੇਤੀ ਬਾਅਦ ਹੀ ਹੋ ਗਿਆ ਸੀ, ਪਰ ਇਸ ਨੂੰ ਅਹਿਸਾਸ ਨੂੰ ਆਪਣਾ ਗਵਾਇਆ ਹੋਇਆ ਮਾਨ, ਸਵੈਮਾਨ ਤੇ ਕੌਮੀ ਘਰ ਦੁਬਾਰਾ ਹਾਸਲ ਕਰਨ ਲਈ ਇੱਕ ਲਹਿਰ ਬਣਦਿਆਂ ਬਹੁਤ ਲੰਮਾ ਸਮਾਂ ਲੱਗ ਗਿਆ। ਪੰਜਾਬੀ ਸੂਬਾ, ਫਿਰ ਅਨੰਦਪੁਰ ਸਾਹਿਬ ਦਾ ਮਤਾ ਤੇ ਫਿਰ ਖਾਲਿਸਤਾਨ, ਇਹਨਾਂ ਤਿੰਨਾਂ ਜਿਹੜੇ ਸ਼ਬਦਾਂ ਦੀ ਗੱਲ ਹੈ, ਇਹਨਾਂ ਦਾ ਸਫ਼ਰ ਮੈਨੂੰ ਲੱਗਦਾ ਕਿ ਬਹੁਤ ਲੰਮਾ ਸਮਾਂ ਹੋ ਗਿਆ, ਕਾਫੀ ਸਾਲ ਹੋ ਗਏ, 35 ਸਾਲਾਂ ਤੋਂ ਵੱਧ ਦਾ ਸਮਾਂ ਇਹਨੂੰ ਲੱਗਿਆ। ਤੇ 13 ਅਗਸਤ 1978 ਨੂੰ ਜਦੋਂ ਭਾਈ ਗਜਿੰਦਰ ਸਿੰਘ ਕਹਿੰਦੇ ਨੇ ਕਿ 13 ਅਗਸਤ 1978 ਨੂੰ ਜਦੋਂ ਦਲ ਖਾਲਸਾ ਦਾ ਐਲਾਨ ਹੋਇਆ ਸੀ ਚੰਡੀਗੜ੍ਹ 'ਚ, ਇਹਦੇ ਨਾਲ ਹੀ 15 ਅਗਸਤ ਨੂੰ ਭਾਰਤੀ ਆਜ਼ਾਦੀ ਦੇ ਜਸ਼ਨਾਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਸੀ, ਤਾਂ ਖਾਲਿਸਤਾਨ ਦੀ ਗੱਲ ਖੁੱਲਮ ਖੁੱਲਾ ਹੋਣੀ ਸ਼ੁਰੂ ਹੋ ਗਈ ਸੀ, ਤੇ ਉਹ ਉਦੋਂ 15 ਅਗਸਤ ਨੂੰ ਖਾਲਿਸਤਾਨ ਸੰਘਰਸ਼ ਦਿਵਸ ਦਾ ਨਾਮ ਦਿੱਤਾ ਸੀ ਉਹਨਾਂ ਨੇ, ਇਹਨਾਂ ਯੋਧਿਆਂ ਨੇ। ਤੇ ਖਾਲਿਸਤਾਨ ਲਹਿਰ ਦੇ ਜੁਝਾਰੂ ਪੱਖ ਨੂੰ ਭਾਰਤ ਦੀ ਫੌਜੀ ਤਾਕਤ ਨੇ ਜਦੋਂ ਅੰਨੇ ਜ਼ਬਰ ਦੇ ਨਾਲ ਦਬਾ ਲਿਆ, ਤਾਂ ਖਾਲਿਸਤਾਨ ਲਹਿਰ ਦੇ ਖਤਮ ਹੋ ਜਾਣ ਜਾਂ ਬੀਤੇ ਹੋਏ ਸਮੇਂ ਦੀ ਗੱਲ ਹੋ ਜਾਣ ਦੀਆਂ ਗੱਲਾਂ ਅਕਸਰ ਹੁੰਦੀਆਂ ਨੇ, ਪਰ ਇੰਟਰਨੈਟ ਤੇ ਨੌਜਵਾਨਾਂ ਦੇ ਵਿਚਾਰ ਪੜ੍ਹ ਕੇ ਤੇ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਦੇਖ ਕੇ ਖਾਲਿਸਤਾਨੀ ਜਿਹੜੀ ਲਹਿਰ ਉਹਦੇ ਖਤਮ ਹੋ ਜਾਣ ਦੀ ਗੱਲ ਦੁਸ਼ਮਣਾਂ ਦੀ ਇੱਕ ਗੱਲ ਸਹਿਮੀ ਹੈ। ਉਹ ਕਹਿੰਦੇ ਕਿ ਆਪਣਿਆਂ ਦੀ ਜਿਹੜੀ ਉਦਾਸੀ ਹੈ ਉਹ ਤੋਂ ਵੱਧ ਕੁੱਝ ਹੋਰ ਨਹੀਂ ਲੱਗਦਾ। ਉਹ ਨੌਜਵਾਨ ਮੁੰਡੇ ਕੁੜੀਆਂ ਜਿਨ੍ਹਾਂ ਦੇ ਜਨਮ ਵੀ ਮੈਨੂੰ ਲੱਗਦਾ ਕਿ 1984 ਤੋਂ ਬਾਅਦ ਹੋਏ ਨੇ, ਉਹ ਖਾਲਿਸਤਾਨ ਦੇ ਅਜਿਹੇ ਅਜਿਹੇ ਖੂਬਸੂਰਤ ਸੁਪਨੇ ਸਜਾ ਰਹੇ ਨੇ ਤੇ ਇੱਕ ਦੂਜੇ ਨਾਲ ਸਾਂਝੇ ਕਰ ਰਹੇ ਨੇ ਕਿ ਦੇਖ ਕੇ ਭਾਈ ਗਜਿੰਦਰ ਸਿੰਘ ਕਹਿੰਦੇ ਨੇ ਕਿ ਉਹਨਾਂ ਵਰਗੇ ਬੰਦੇ ਨੂੰ ਇੱਕ ਨਵਾਂ ਚਾਅ ਚੜ੍ਹ ਜਾਂਦਾ,
ਤੇ ਇੰਟਰਨੈਟ ਤੇ ਇੱਕ ਨੌਜਵਾਨ ਨੇ ਭਵਿੱਖ ਦੀ ਖਾਲਸਾ ਨੈਸ਼ਨਲ ਆਰਮੀ ਦਾ ਇੱਕ ਖੂਬਸੂਰਤ ਦ੍ਰਿਸ਼ ਚਿਤਰਨ ਕੀਤਾ ਤੇ ਇੱਕ ਹਵਾਈ ਜਹਾਜ਼ ਦੀ ਤਸਵੀਰ ਤੇ ਕੇਸੀ ਨਿਸ਼ਾਨ ਸਾਹਿਬ ਲਹਿਰਾ ਕੇ ਇਸ ਨੌਜਵਾਨ ਨੇ ਕੌਮ ਦੇ ਭਵਿੱਖ ਦੇ ਸੁਪਨੇ ਨੂੰ ਕੰਪਿਊਟਰ ਦੀ ਸਕਰੀਨ ਤੇ ਉਕਰਨ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ। ਇਹੋ ਜਿਹੇ ਨੌਜਵਾਨਾਂ ਦੀਆਂ ਕੋਸ਼ਿਸ਼ਾਂ ਕੌਮ ਦੇ ਠੰਡੇ ਹੋ ਚੁੱਕੇ ਖੂਨ ਨੂੰ ਵੀ ਦੁਬਾਰਾ ਗਰਮਾਉਣ ਦੀ ਸਮਰੱਥਾ ਰੱਖਦੀਆਂ ਨੇ। ਇਹਨਾਂ ਨੌਜਵਾਨਾਂ ਦੀਆਂ ਕੋਸ਼ਿਸ਼ਾਂ ਕਾਬਲੇ ਤਾਰੀਫ ਨੇ ਤੇ ਆਪਣੇ ਕੰਮ ਲਈ ਵੀ ਤੇ ਕੰਮ ਦੇ ਤਰੀਕਾ ਕਰ ਲਈ ਵੀ, ਕਿਉਂਕਿ ਇਹ ਸਮੇਂ ਦੀ ਜ਼ੁਬਾਨ ਵਿੱਚ ਗੱਲ ਕਰ ਰਹੇ ਨੇ। ਇਹ ਗੱਲ ਹੈ, ਉਹਨਾਂ ਨੇ ਇੱਕ ਕਵਿਤਾ ਵੀ ਲਿਖੀ ਸੀ ਭਾਈ ਵਿਜਿੰਦਰ ਸਿੰਘ ਨੇ। ਉਹ ਕਹਿੰਦੇ 15 ਅਗਸਤ ਦਾ ਦਿਨ ਸਾਡੀ ਬਦਨਸੀਬੀ ਦਾ ਦਿਨ, ਸਾਡੇ ਵਿਸ਼ਵਾਸਾਂ ਦੇ ਕਤਲ ਤੇ ਕਤਲੇ ਖੁਸ਼ਨਸੀਬੀ ਦਾ ਦਿਨ। ਇਸੇ ਕਵਿਤਾ ਦੀਆਂ ਆਖਰੀ ਲਾਈਨਾਂ ਨੇ ਉਹਨਾਂ ਨੇ ਲਿਖਿਆ ਉਸੇ ਕਵਿਤਾ ਚ, ਕਹਿੰਦੇ ਹੱਕ ਸਾਡਾ ਜੋ ਬਣਦਾ ਅਸਾਂ ਲੈ ਕੇ ਰਹਿਣਾ, ਅਸੀਂ ਭਾਵੇਂ ਰਹੀਏ ਨਾ ਰਹੀਏ ਜ਼ਿੰਦਾ ਕੌਮ ਨੇ ਰਹਿਣਾ। ਇਹ ਬਹੁਤ ਖੂਬਸੂਰਤ ਤਰੀਕੇ ਨਾਲ ਉਹਨਾਂ ਨੇ ਗੱਲ ਕਹੀ ਹੈ ਤੇ ਉਹ ਕਹਿੰਦੇ ਨੇ ਕਿ ਪਿਆਰੇ ਖਾਲਸਾ ਜੀਓ, ਦੋਸਤੋ ਮਿੱਤਰੋ ਤੇ ਸਾਥੀਓ, ਮੇਰੇ ਪਿਆਰ ਕਰਨ ਵਾਲਿਓ, ਆਓ ਆਪਾਂ ਹਰ ਤਰ੍ਹਾਂ ਦੀਆਂ ਵੰਡੀਆਂ ਤੋਂ ਉੱਪਰ ਉੱਠ ਕੇ ਇੱਕ ਸੁਰ ਵਿੱਚ ਕਹੀਏ, ਅਸੀਂ ਖਾਲਿਸਤਾਨ ਦੇ ਸ਼ਹਿਰੀ ਹਾਂ। ਆਓ ਆਪਾਂ ਖਾਲਿਸਤਾਨ ਦਾ ਨਕਸ਼ਾ ਆਪਣੇ ਹਿਰਦਿਆਂ ਉੱਪਰ ਪੱਕੇ ਰੂਪ ਚ ਉੱਕਰ ਲਈਏ। ਸਾਡੇ ਹਿਰਦਿਆਂ ਤੇ ਉੱਕਰੀ ਇਹ ਸੱਚਾਈ ਇੱਕ ਦਿਨ ਜ਼ਮੀਨੀ ਸੱਚਾਈ ਵੀ ਬਣੇਗੀ ਤੇ ਇਸ ਵਿਸ਼ਵਾਸ ਵਿੱਚ ਸਾਡਾ ਰੱਬ ਵਰਗਾ ਵਿਸ਼ਵਾਸ ਹੋਣਾ ਚਾਹੀਦਾ। ਬਹੁਤ ਵਾਕਫ ਤਰੀਕੇ ਨਾਲ ਭਾਈ ਵਿਜੇਂਦਰ ਸਿੰਘ ਨੇ ਗੱਲ ਕੀਤੀ ਹੈ ਤੇ ਇਹ ਗੱਲ ਜਦੋਂ ਅਸੀਂ ਸੁਣਦੇ ਹਾਂ, ਪੜ੍ਹਦੇ ਹਾਂ ਜਾਂ ਇਹਦੇ ਉੱਤੇ ਅਸੀਂ ਅਕਸਰ ਸੋਚ ਵਿਚਾਰ ਕਰਦੇ ਹਾਂ ਤਾਂ ਸਾਡੀਆਂ ਅੱਖਾਂ ਦੇ ਵਿੱਚ ਇੱਕ ਚਮਕ ਹੁੰਦੀ ਹੈ ਤਾਂ ਸਾਡੇ ਚਿਹਰੇ ਦੇ ਉੱਤੇ ਇੱਕ ਲਾਲੀ ਉੱਭਰ ਕੇ ਸਾਡੇ ਮੈਨੂੰ ਲੱਗਦਾ ਕਿ ਫੈਲ ਜਾਂਦੀ ਹੈ ਚਾਰੋਂ ਪਾਸੇ ਤੇ ਇਹਦੇ 'ਚ ਇੱਕ ਆਸ ਹੁੰਦੀ ਹੈ, ਇੱਕ ਉਮੀਦ ਹੁੰਦੀ ਹੈ, ਇੱਕ ਅਜਿਹੀ ਉਮੀਦ ਜਿੱਥੇ ਅਸੀਂ ਆਪਣੇ ਭੈਣ ਭਰਾਵਾਂ ਦੇ ਨਾਲ ਹੱਸਦੇ ਹੋਏ ਖੇਡਦੇ ਹੋਏ ਇੱਕ ਵਿਸ਼ਵ ਦੇ ਵਿੱਚ ਜਿਹੜਾ ਦੋਸਤੀ ਦਾ ਆਪਸੀ ਭਾਈਚਾਰੇ ਦਾ ਜਿਹੜਾ ਵਾਤਾਵਰਨ ਹੈ ਉਸਨੂੰ ਉਸਾਰ ਸਕੀਏ ਤੇ ਜਿੱਥੇ ਗੁਰੂ ਦੀ ਗੱਲ ਹੋਵੇ, ਜਿੱਥੇ ਗੁਰੂ ਦੇ ਸੁਪਨਿਆਂ ਦੀ ਗੱਲਬਾਤ ਹੋਵੇ ਤੇ ਜਿੱਥੇ ਸਭੇ ਸਾਂਝੀ ਵਾਲਸਦਾਇਨ ਕੋਈ ਨਾ ਕਿਸੇ ਬਾਹਰ ਜੀਓ ਏਦਾਂ ਦੀ ਗੱਲ ਹੋਵੇ, ਇਹ ਗੱਲ ਜਿਹੜੀ ਹੈ ਸਾਡੇ ਸਾਹਮਣੇ ਆਉਂਦੀ ਹੈ। ਸੋ ਸਮਾਂ ਦੌੜਦਾ ਜਾ ਰਿਹਾ ਜੀ ਤੇ ਹਿੰਦੁਸਤਾਨ ਦਾ ਮੀਡੀਆ ਤੇ ਕੌਮੀ ਅਖਬਾਰਾਂ ਤੇ ਹੋਰ ਜਿੰਨੇ ਵੀ ਪ੍ਰਚਾਰ ਦੇ ਸਾਧਨ ਨੇ ਉਹਨਾਂ ਵੱਲੋਂ ਹਿੰਦੂ ਹਕੂਮਤ ਦੇ ਪ੍ਰਭਾਵ ਨੂੰ ਕਬੂਲਦੇ ਹੋਏ ਘੱਟ ਗਿਣਤੀ ਕੌਮਾਂ ਨਾਲ ਜਿਹੜੀਆਂ ਬੇਇਨਸਾਫੀਆਂ ਹੋ ਰਹੀਆਂ ਨੇ, ਜ਼ਬਰ ਜ਼ੁਲਮ ਨੂੰ ਅਸੀਂ ਦੇਖਦੇ ਹਾਂ ਕਿ ਖਤਮ ਕਰਨ ਦੀ ਜਿਹੜੀ ਗੱਲ ਨਹੀਂ ਹੋ ਰਹੀ ਉੱਥੇ ਇਹਨਾਂ ਪ੍ਰਚਾਰ ਸਾਧਨਾਂ ਤੇ, ਉਹਨਾਂ ਦੇ ਵਿੱਚ ਇਹ ਗੱਲ ਬਹੁਤ ਅਸੀਂ ਵੱਡੇ ਪੱਧਰ ਤੇ ਦੇਖਦੇ ਹਾਂ ਕਿ ਜਦੋਂ ਸਿੱਖਾਂ ਦੀ ਗੱਲ ਆਉਂਦੀ ਹੈ ਜਾਂ ਸਿੱਖਾਂ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਹਮਲੇ ਹੁੰਦੇ ਨੇ, ਸਿੱਖਾਂ ਨੂੰ ਦਬਾਏ ਜਾਣ ਦੀ ਗੱਲ ਆਉਂਦੀ ਹੈ, ਜ਼ਬਰ ਤੇ ਜ਼ੁਲਮ ਦੀ ਗੱਲ ਆਉਂਦੀ ਹੈ, ਤਸੀਹਾਂ ਦੀ ਗੱਲ ਆਉਂਦੀ ਹੈ, ਸਿੱਖਾਂ ਨਾਲ ਕੋਈ ਨਾ ਇਨਸਾਫੀ ਦੀ ਗੱਲ ਆਉਂਦੀ ਹੈ, ਤਾਂ ਉਹ ਜਿਹੜਾ ਮੀਡੀਆ ਉੱਥੇ ਚੁੱਪ ਹੋ ਜਾਂਦਾ। ਇਹ ਕੋਸ਼ਿਸ਼ਾਂ 1947 ਤੋਂ ਬਾਅਦ ਹੀ ਹੋ ਰਹੀਆਂ ਨੇ। ਦੋਸਤੋ ਮੇਰੇ ਹੱਥ ਦੇ ਵਿੱਚ ਇੱਕ 1846 ਦਾ ਇੱਕ ਅਖਬਾਰ ਲੱਗਾ ਡੇਲੀ ਟੈਲੀਗ੍ਰਾਫ, ਉਸ ਦੇ ਵਿੱਚ ਇੰਗਲੈਂਡ ਤੋਂ ਛਪਦਾ ਸੀ ਤੇ ਉਹਦੇ ਵਿੱਚ ਇੱਕ ਐਡੀਟਰ ਲੈਟਰ ਦੇ ਵਿੱਚ ਇੱਕ ਲੈਟਰ ਆਈ ਹੋਈ ਸੀ ਕਿਸੇ ਅੰਗਰੇਜ਼ ਦੀ, ਉਹ ਅਖਬਾਰ ਦੇ ਸੰਪਾਦਕ ਦੇ ਨਾਮ ਤੇ ਉਸਦੇ ਵਿੱਚ ਜ਼ਿਕਰ ਕੀਤਾ ਹੋਇਆ ਸੀ। ਮੈਂ ਉਹ ਹਾਲੇ ਅਖਬਾਰ ਪੂਰਾ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਅੱਖਰ ਬਹੁਤ ਬਰੀਕ ਨੇ ਉਸਦੇ ਤੇ ਉਹਦੀ ਜਿਹੜੀ ਛਪਾਈ ਆ ਉਹ ਵੀ ਹੁਣ ਤੱਕ ਧੁੰਦਰੀ ਹੋ ਚੁੱਕੀ ਹੈ ਤੇ ਉਹਦੇ ਵਿੱਚ ਉਸਨੇ ਜ਼ਿਕਰ ਕੀਤਾ ਕਿ ਕਹਿੰਦਾ ਕਿ ਜੇ ਸਿੱਖਾਂ ਨੂੰ ਤੁਸੀਂ ਇਸੇ ਤਰ੍ਹਾਂ ਦਬਾਉਂਦੇ ਰਹੇ, ਜ਼ੋਰ ਜ਼ਬਰ ਜ਼ੁਲਮ ਕਰਦੇ ਰਹੇ ਤਾਂ ਉਹਨਾਂ 'ਚ ਦੂਸਰਾ ਗੁਰੂ ਗੋਬਿੰਦ ਸਿੰਘ ਪੈਦਾ ਹੋਏਗਾ ਤੇ ਉਹ ਤੁਹਾਨੂੰ ਗੂੰਜ ਕੇ ਲੈ ਜਾਵੇਗਾ, ਤੁਹਾਨੂੰ ਆਪਣੀਆਂ ਨੀਤੀਆਂ ਬਦਲਣੀਆਂ ਪੈਣਗੀਆਂ ਤੇ ਸਿੱਖਾਂ ਨੂੰ ਪ੍ਰੈਸ਼ਰ ਦੇ ਨਾਲ ਨਹੀਂ ਬਲਕਿ ਕਿਸੇ ਹੋਰ ਨੀਤੀ ਦੇ ਨਾਲ ਸਿੱਝਣਾ ਪਏਗਾ। ਸੋ ਇਹ ਗੱਲ ਅਸੀਂ ਦੇਖਦੇ ਹਾਂ ਕਿ ਉਦੋਂ ਤੋਂ ਲਾਗੂ ਹੋ ਕੇ ਹੁਣ ਤੱਕ ਜੇਕਰ ਜਿਹੜਾ ਸਾਡਾ ਦੁਸ਼ਮਣ ਹੈ ਭਾਵੇਂ ਉਸਨੇ ਆਪਣਾ ਚੋਗਾ ਬਦਲ ਲਿਆ, ਭਾਵੇਂ ਉਸਨੇ ਆਪਣਾ ਸਰੀਰ ਬਦਲ ਲਿਆ, ਭਾਵੇਂ ਉਸਨੇ ਆਪਣੀ ਸ਼ਕਲ ਬਦਲ ਲਈ ਹੈ, ਪਰ ਉਹ ਨੀਤੀ ਹੈ ਜਿਹੜੀ ਉਸੇ ਤਰੀਕੇ ਦੇ ਨਾਲ ਚੱਲਦਾ ਆ ਰਿਹਾ। ਇੱਕ ਹੋਰ ਅਖਬਾਰ ਜਿਹੜਾ ਹੈ ਉਹ ਮੈਂ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਜਿਸ ਦੇ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਜਿਹੜੀ ਸ਼ਹਾਦਤ ਹੈ ਜੰਗੇ ਮੈਦਾਨ ਦੇ ਵਿੱਚ ਉਹਦੇ ਬਾਰੇ, ਉਸਨੂੰ ਸ਼ਾਮ ਸਿੰਘ ਦੀ ਮੌਤ ਦੇ ਨਾਲ ਟਾਈਟਲ ਦੇ ਕੇ ਉਸਦੇ ਵਿੱਚ ਉਹ ਖਬਰ ਛਪੀ ਹੈ। ਇਹ 1854 ਦੇ ਆਸ ਪਾਸ, 1855 ਦੇ ਆਸ ਪਾਸ ਦੀ ਜਿਹੜੀ ਇਹ ਅਖਬਾਰ ਹੈ, ਇਹਦੇ ਬਾਰੇ ਆਉਣ ਵਾਲੇ ਦਿਨਾਂ ਚ ਮੈਂ ਚੰਗੀ ਤਰ੍ਹਾਂ ਪੜ੍ਹ ਕੇ ਉਸਦੇ ਉੱਤੇ ਸੋਚ ਵਿਚਾਰ ਕਰਕੇ ਉਸਦੇ ਉੱਤੇ ਖੋਜ ਕਰਕੇ ਫਿਰ ਤੁਹਾਡੇ ਤੱਕ ਮੈਂ ਇਹ ਗੱਲ ਜਿਹੜੀ ਹੈ ਉਹ ਸਾਂਝੀ ਕਰਾਂਗਾ। ਤੇ ਗੱਲ ਜਿਹੜੀ ਹੈ ਸਿੱਖਾਂ ਨਾਲ ਨਾ ਇਨਸਾਫੀ ਦੀ, ਉਹ ਬੜੀ ਵੱਡੀ
ਅਰਥ ਗ੍ਰਹਿਣ ਕਰਦੀ ਹੋਈ, ਵੱਡੇ ਅਰਥ ਧਾਰਨ ਕਰਦੀ ਹੋਈ ਖਾਲਸਾ ਤੱਕ ਪਹੁੰਚਦੀ ਹੈ, ਖਾਲਸਾ ਰਾਜ ਤੱਕ ਪਹੁੰਚਦੀ ਹੈ। ਪਰ ਜਿਵੇਂ ਅਸੀਂ ਇਤਿਹਾਸ ਚ ਦੇਖਦੇ ਹਾਂ ਜਾਂ 1947 ਤੋਂ ਬਾਅਦ ਵੀ ਦੇਖਦੇ ਹਾਂ ਜਾਂ ਬਹੁਤ ਸਾਰੀਆਂ ਲਿਖਤਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਹ ਗੱਲ ਪੱਕੇ ਤੌਰ ਦੇ ਉੱਤੇ ਕਹੀ ਜਾ ਸਕਦੀ ਹੈ ਕਿ 1947 ਤੱਕ ਪੰਜਾਬ ਅਤੇ ਹਿੰਦੁਸਤਾਨ ਤੋਂ ਵੱਖਰੇ ਵੱਖਰੇ ਮੁਲਕ ਸਨ। 1853 ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਸੀ ਉਸਨੂੰ ਪੱਕੇ ਤੌਰ ਦੇ ਉੱਤੇ ਜਦੋਂ ਭਾਰਤ ਦੇ ਵਿੱਚ ਮਿਲਾਇਆ ਗਿਆ ਤਾਂ ਇਹ ਐਲਾਨ ਕੀਤਾ ਗਿਆ ਇੱਕ ਧੋਖੇ ਨਾਲ, ਇੱਕ ਪਲੈਨਿੰਗ ਦੇ ਨਾਲ। ਉਹ ਇਤਿਹਾਸ ਦੇ ਵਿੱਚ ਸਾਨੂੰ ਉਸੇ ਤਰੀਕੇ ਨਾਲ ਜਿਹੜੀਆਂ ਨੇ ਸਾਰੀਆਂ ਗੱਲਾਂ ਮਿਲ ਜਾਂਦੀਆਂ ਨੇ। ਇਹਦੇ ਚ ਸੰਘਰਸ਼ ਜਿਹੜਾ ਹੈ ਜਾਂ ਸਮੇਂ ਸਮੇਂ ਤੇ ਜੋ ਲਿਖੇ ਗਏ ਨੇ ਲੇਖ ਲਿਖੇ ਗਏ, ਕਵਿਤਾਵਾਂ ਲਿਖੀ ਗਈਆਂ, ਉਹਦੇ ਚ ਸ਼ਾਹ ਮੁਹੰਮਦ ਦਾ ਇੱਕ ਜੰਗਨਾਮਾ ਸਿੰਘਾਂ ਦੇ ਗੋਰਿਆਂ, ਉਹ ਕਹਿੰਦੇ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਦਾ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਹੋਰ ਵੀ ਬਹੁਤ ਸਾਰੇ ਜਿਹੜੇ ਸਾਡੇ ਕੋਲ ਨੇ ਉਹ ਜਿਹੜੇ ਦਸਤਾਵੇਜ਼ ਨੇ ਉਹ ਮੌਜੂਦ ਨੇ, ਜਿਨ੍ਹਾਂ ਤੋਂ ਇਹ ਤੈਅ ਹੁੰਦਾ ਕਿ ਪੰਜਾਬ ਤੇ ਭਾਰਤ ਦੋ ਵੱਖਰੇ ਵੱਖਰੇ ਮੁਲਕ ਸਨ। ਚੀਨ ਦੇ ਵਿੱਚ ਚੀਨ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਜੀਆਬਾਓ, ਉਹਨਾਂ ਵੱਲੋਂ ਵੀ ਇਸ ਬਾਰੇ ਅਸੀਂ ਦੇਖਦੇ ਹਾਂ ਕਿ 4 ਸਾਲ ਪਹਿਲਾਂ ਇੱਕ ਬਿਆਨ ਦਿੱਤਾ ਗਿਆ ਸੀ ਕਿ ਜਿਹੜਾ ਅਕਸਾਈ ਚਿੰਨ ਉਹ ਕਿਸੇ ਵੇਲੇ ਖਾਲਸਾ ਸਰਕਾਰ ਦਾ ਜਿਹੜਾ ਸੀ ਹਿੱਸਾ ਸੀ, ਤੇ ਇਸ ਕਰਕੇ ਉਹ ਇਸ ਦੇ ਬਾਰੇ ਭਾਰਤੀ ਪ੍ਰਸ਼ਾਸਨ ਨੂੰ ਨਹੀਂ ਬਲਕਿ ਖਾਲਸਾ ਸਰਕਾਰ ਨੂੰ ਜਵਾਬ ਦੇ ਰਹੇ। ਪਰ ਬਦਕਿਸਮਤੀ ਨਾਲ ਖਾਲਸਾ ਸਰਕਾਰ ਇਸ ਵੇਲੇ ਹੋਂਦ ਦੇ ਵਿੱਚ ਨਹੀਂ ਹੈ, ਵਜੂਦ ਦੇ ਵਿੱਚ ਨਹੀਂ ਹੈ। ਬਹੁਤ ਵੱਡੀਆਂ ਜਿਹੜੀਆਂ ਨੇ ਖਾਮੀਆਂ ਹੋ ਸਕਦੀਆਂ ਨੇ, ਖਾਲਸਾ ਸਰਕਾਰ ਦੇ ਪਤਨ ਦਾ ਕਾਰਨ ਹੋ ਸਕਦੀਆਂ ਨੇ, ਉਹਨਾਂ ਦੇ ਵਿਚਾਰ ਚਰਚਾ ਫੇਰ ਕਰਾਂਗੇ। ਪਰ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਜੀ ਚੋਣਾਂ ਦੇ ਸੰਬੰਧ ਦੇ ਵਿੱਚ, ਖਾਲਿਸਤਾਨ ਦੇ ਬਾਰੇ ਅਸੀਂ ਖਾਲਿਸਤਾਨ ਦਾ ਜਿਹੜਾ ਹੈ ਉਹ ਨਕਸ਼ਾ ਤੁਹਾਡੇ ਦਰਮਿਆਨ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਾਂ। ਆਮ ਜਿਹੜੇ ਸਿੱਖ ਨੇ ਉਹਨਾਂ ਦੀ ਧਾਰਨਾ ਕਿ 1992 ਦਾ ਜਿਹੜਾ ਚੋਣ ਬਾਈਕਾਟ ਹੈ ਉਹਦੇ ਕਾਰਨ ਸੰਤ ਭਿੰਡਰਾਂ ਵਾਲਿਆਂ ਵੱਲੋਂ ਸ਼ੁਰੂ ਕੀਤਾ ਗਿਆ ਜਿਹੜਾ ਸੰਘਰਸ਼ ਸੀ ਖਾਲਿਸਤਾਨ ਦਾ ਉਹ ਪੂਰਾ ਨਹੀਂ ਹੋ ਸਕਿਆ। ਪਰ ਇਹ ਨਤੀਜੇ ਬਿਨਾਂ ਮਿਹਨਤ ਤੋਂ ਕੱਢੇ ਗਏ, ਮੈਂ ਕਹਿੰਦਾ ਕਿ ਬਿਨਾਂ ਤੱਥਾਂ ਦੇ ਆਧਾਰ ਤੇ ਕੀਤੀ ਗਈ ਗੱਲਬਾਤ ਦਾ ਕਾਰਨ ਸਾਹਮਣੇ ਆਉਂਦੇ ਨੇ ਕਿ ਖਾੜਕੂ ਧਿਰਾਂ ਤੇ ਝੂਠੇ ਇਲਜ਼ਾਮ ਵੀ ਲੱਗਦੇ ਰਹੇ ਨੇ, ਉਹਨਾਂ ਨੂੰ ਬਦਨਾਮ ਕਰਨ ਦੀ ਵੀ ਗੱਲ ਹੋ ਸਕਦੀ ਹੈ ਇਹਦੇ ਪਿੱਛੇ। ਪਰ ਇਹਦੇ ਚ ਕਾਫੀ ਕੁਛ ਸਾਨੂੰ ਸੋਚ ਵਿਚਾਰ ਕਰਨਾ ਚਾਹੀਦਾ। ਭਾਰਤ ਸਰਕਾਰ ਵਾਸਤੇ ਖਾਲਿਸਤਾਨੀ ਸੰਘਰਸ਼ ਨੂੰ ਖਤਮ ਕਰਨਾ ਬਹੁਤ ਮੁਸ਼ਕਲ ਸੀ ਕਿਉਂਕਿ ਸੰਘਰਸ਼ ਦੇ ਹੱਕ ਚ ਬਹੁਤ ਮਜ਼ਬੂਤ ਇੱਕ ਲੋਕ ਲਹਿਰ ਬਣ ਚੁੱਕੀ ਸੀ ਉਸ ਵੇਲੇ। ਵੱਡੇ ਪੱਧਰ ਤੇ ਸਿੱਖਾਂ ਤੇ ਜ਼ੁਲਮ ਕਰਨ ਦੇ ਬਾਵਜੂਦ ਵੀ ਸੰਘਰਸ਼ ਦੇ ਬਾਰੇ ਲੋਕਾਂ ਦੀ ਹਮਦਰਦੀ ਦਿਨੋ ਦਿਨ ਵੱਧਦੀ ਜਾ ਰਹੀ ਸੀ ਤੇ ਇਹ ਘਟਣ ਦਾ ਨਾਮ ਨਹੀਂ ਸੀ ਲੈ ਰਹੀ ਹਮਦਰਦੀ। ਉਸੇ ਵੇਲੇ ਸਰਕਾਰ ਨੇ ਲੋਕਾਂ ਦੀ ਹਮਦਰਦੀ ਤੇ ਸਮਰਥਨ ਲਹਿਰ ਨਾਲ ਤੋੜਨ ਵਾਸਤੇ ਝੂਠੇ ਪੁਲਿਸ ਮੁਕਾਬਲੇ ਸ਼ੁਰੂ ਕਰ ਦਿੱਤੇ ਤੇ ਸੰਘਰਸ਼ ਨੂੰ ਖਤਮ ਕਰਨ ਲਈ ਦੋ ਬੰਦਿਆਂ ਦੀ ਚੋਣ ਕੀਤੀ ਗਈ, ਇੱਕ ਤਾਂ ਸਿਧਾਰਥ ਸ਼ੰਕਰ ਰੇ ਤੇ ਦੂਜਾ ਜੇ ਐਫ ਰਵੇਰੋ। ਇਹਨਾਂ ਨੂੰ ਪੰਜਾਬ ਭੇਜਿਆ ਤੇ ਇਹਨਾਂ ਦੇ ਆਉਂਦਿਆਂ ਹੀ ਆਪਣਾ ਕੰਮ ਸ਼ੁਰੂ ਕਰ ਦਿੱਤਾ। ਰੇ ਨੇ ਇੱਕ ਸਿਆਸੀ ਫਰੰਟ ਤੇ ਕੰਮ ਕਰਨਾ ਸ਼ੁਰੂ ਕੀਤਾ, ਉਸਨੇ ਸਾਰੇ ਮੀਡੀਆ ਨੂੰ ਹੋਰ ਕੱਸ ਦਿੱਤਾ, ਪੰਜਾਬੀ ਮੀਡੀਆ ਨੂੰ ਵੀ ਉਸਨੇ ਕੱਸ ਦਿੱਤਾ। ਜਿਹੜੀ ਖਬਰ ਪੱਤਰਕਾਰ ਜਾਂ ਸੰਪਾਦਕ ਖਾਲਿਸਤਾਨ ਦੀ ਪੱਖ ਦੀ ਗੱਲ ਕਰਦਾ ਉਹਨੂੰ ਜੇਲ੍ਹ ਸੁੱਟ ਦਿੱਤਾ ਜਾਂਦਾ ਤੇ ਉਹ ਪ੍ਰੈਸ ਬੰਦ ਕਰ ਦਿੱਤੀ ਜਾਂਦੀ। ਲੋਕਾਂ ਦੇ ਰਾਜਨੀਤਿਕ ਇਕੱਠਾਂ 'ਚ ਜਾ ਕੇ ਇਹ ਆਪ ਖਾਲਿਸਤਾਨੀ ਲਹਿਰ ਪ੍ਰਤੀ ਭੰਡੀ ਪ੍ਰਚਾਰ ਕਰਦਾ ਸੀ, ਸਿੱਖਾਂ ਨੂੰ ਡਾਕੂ, ਹਥਿਆਰੇ, ਚਰਿੱਤਰਹੀਣ, ਬਦਮਾਸ਼, ਦੇਸ਼ ਧਰੋਹੀ, ਗੁਰੂ ਸਾਹਿਬ ਦੇ ਸਿਧਾਂਤਾਂ ਤੇ ਅਸੂਲਾਂ ਦੇ ਉਲਟ ਦੁਸ਼ਮਣ ਆ ਕੇ ਲੋਕਾਂ 'ਚ ਇਹ ਭੁਲੇਖਾ ਪਾਉਂਦਾ ਸੀ। ਇਹਨੇ ਆਪਣੇ ਏਜੰਟਾਂ ਰਾਹੀਂ ਬਹੁਤ ਸਾਰੇ ਸਿੱਖਾਂ ਦੇ ਨਾਮ ਹੇਠ ਕਤਲ ਵੀ ਕਰਵਾਏ, ਬਲਾਤਕਾਰ ਵੀ ਕਰਵਾਏ ਤਾਂ ਕਿ ਇਸ ਦਾ ਪ੍ਰਚਾਰ ਲੋਕਾਂ ਨੂੰ ਸੱਚ ਲੱਗੇ। ਤੇ ਦੂਜੇ ਪਾਸੇ ਜੇ ਐਫ ਰਵੇਰੋ ਨੇ ਖਾਲਿਸਤਾਨੀਆਂ ਨੂੰ ਮਾਰ ਮੁਕਾਉਣ ਲਈ ਸਾਰੀ ਪੁਲਿਸ ਫੋਰਸ ਨੂੰ ਨਵੇਂ ਸਿਰਿਓਂ ਤਿਆਰ ਕੀਤਾ, ਪੁਲਿਸ ਨੂੰ ਦਬਕਾਇਆ ਵੀ, ਲਾਲਚ ਵੀ ਦਿੱਤੇ ਤੇ ਸਾਰੇ ਜ਼ਿਲ੍ਹਿਆਂ 'ਚ ਬੁੱਚੜਖਾਨੇ ਖੋਲ੍ਹੇ ਜਿੱਥੇ ਇੰਨੇ ਭਿਆਨਕ ਤਸਵੀਰ ਦਿੱਤੇ ਗਏ ਕਿ ਇਹਦੀ ਮਿਸਾਲ ਦੁਨੀਆਂ 'ਚ ਹੋਰ ਕਿਤੇ ਨਹੀਂ ਮਿਲਦੀ। ਹਿਟਲਰ ਦੇ ਸਮੇਂ ਵੀ ਯਹੂਦੀਆਂ ਨਾਲ ਇੰਨੇ ਤਸੀਹੇ ਤੇ ਇੰਨੀ ਜ਼ਿਆਦਤੀ ਨਹੀਂ ਕੀਤੀ ਗਈ ਜਿੰਨੀ ਉਸ ਵੇਲੇ ਪੰਜਾਬ 'ਚ ਕੀਤੀ ਗਈ। ਇਹਨਾਂ ਬੁੱਚੜਖਾਨਿਆਂ 'ਚ ਪੱਕੇ ਖਾਲਿਸਤਾਨੀਆਂ ਨੂੰ ਨਹੀਂ ਬਲਕਿ ਉਹਨਾਂ ਨਾਲ ਹਮਦਰਦੀ ਰੱਖਣ ਵਾਲੇ, ਪਨਾਹ ਦੇਣ ਵਾਲੇ,
अन्न पानी खुआ वाले उन्होंने भी तसील दिए गए। रोज सिखा दे झूठे मुकाबले बनाए जाते। इजहार आलम, गोबिंद राम, सुमेध सैनी, ये होर बहुत सारे अजीत सिंह संधु या होर ऐसा जेडे स्वर्णा घोटना होर अनेक पुलसिए रबैरों ने सिखा का कतलेआम करने खुले छे हुए सन। असर फिर गोली बदले गोली की गल शरेआम कह लग पा पर फिर भी खालसा की संघर्ष खत्म नहीं होया बल्कि होर प्रचंड हों गया। एक तरह न पंजाब च सिखा का राज चलन लग पा। अखीर ये दोवे रे भी जे एफ रवेरो भी ये थक हार के पंजाब तो दफा हो गए। खुद जे एफ रवेरो ने यह जनतक तौर के उ टेलीविजन इंटरव्यू दिद्या ये गल मनी कि खालसा की लहर जिसनू आतंकवाद कहा जाता है ये पीढ़ियां तक खत्म नहीं हो सकती। खत्म नहीं हो सकती वह कहता। पर दोस्तों सरोतो फिर एहोजा होया कि 1993-94 च खालसा की लहर एकदम खत्म हो गई। के पी एस गिल ते बेअंत सिंह एडे काबिल सी कि उन्होंने लहर खत्म कर दी। कि सिद्धार्थ शंकर रे तो जे एफ रवेरो तो भी ज्यादा काबिल से। यह सोचने वाली गल है जिथे असी अज साडा जिहड़ा अज की गलबात का विशा जे असी ए गल करांगे तो बड़ा सार्थक सिद्ध होगा तो ये अगे डूंगे अर्थ निकलणगे। साडा जिहड़ा ये मनोरथ होंदा कि असी गलबात तोड़िए ते तुसी उसनू उस गलबात नू घर बैठ के आपस के गलबात करके विचार वटांदरा करके ਤੁਹਾਡੇ ਅਗਲੇ ਪ੍ਰੋਗਰਾਮ ਚ ਜਾਂ ਹੋਰ ਕਿਸੇ ਅਗਲੇ ਪ੍ਰੋਗਰਾਮ ਦੇ ਵਿੱਚ ਉਹ ਤੁਸੀਂ ਗੱਲ ਕਰ ਸਕਦੇ ਹੋ ਕਿ ਏਦਾਂ ਗੱਲ ਚੱਲੀ ਸੀ ਤੇ ਉਹਦੇ ਅਰਥ ਇਹ ਨਿਕਲਦੇ ਨੇ। ਫਿਰ ਅਸੀਂ ਕਾਮਯਾਬ ਹਾਂ, ਤੁਸੀਂ ਵੀ ਕਾਮਯਾਬ ਹੋ ਗਏ। ਸੋ ਜੇ ਐਸ ਰਵੇਰੋ ਨੇ ਮੁੰਬਈ ਚ ਅੰਡਰਵਰਲਡ ਨੂੰ ਉਸ ਵੇਲੇ ਨੱਥ ਪਾਈ ਸੀ ਜਿਹੜਾ ਜਿਹੜੀ ਕੇ ਪੀ ਐਸ ਗਿੱਲ ਨਾਲੋਂ ਹਜ਼ਾਰਾਂ ਗੁਣਾ ਵੱਧ ਤਜਰਬੇਕਾਰ ਤੇ ਕਾਬਲ ਸੀ ਜੇ ਐਸ ਰਵੇਰੋ, ਪਰ ਉਹ ਕਾਮਯਾਬ ਨਹੀਂ ਹੋਇਆ ਤੇ ਪੰਜਾਬ ਤੋਂ ਚਲਾ ਗਿਆ ਤੇ ਗਿੱਲ ਕਾਮਯਾਬ ਹੋ ਗਿਆ। ਅਸਲ ਚ ਸੰਘਰਸ਼ ਸਫਲ ਨਾ ਹੋਣ ਦਾ ਕਾਰਨ 1992 ਦਾ ਚੋਣਾਂ ਦਾ ਬਾਈਕਾਟ ਨਹੀਂ ਸੀ ਬਲਕਿ ਖਾਲਿਸਤਾਨੀ ਓਵਰਗਰਾਊਂਡ ਆਗੂਆਂ ਦੀਆਂ ਗਲਤੀਆਂ, ਸਿੱਖ ਬੁੱਧੀਜੀਵੀਆਂ ਦੀਆਂ ਗਲਤ ਜਿਹੜੀਆਂ ਗਲਤ ਸਿਧਾਂਤ ਸੀ, ਸਿੱਖ ਵਿਦਵਾਨਾਂ ਦੀ ਜਿਹੜੀ ਗੱਲ ਕਰਨਾ ਮੈਂ, ਇਹਦੇ ਕਾਰਨ ਲੋਕ ਲਹਿਰ ਤੇ ਲੋਕਾਂ ਦੀ ਹਮਦਰਦੀ ਸੀ ਜਿਹੜੀ ਉਹ ਸੰਘਰਸ਼ ਨਾਲ ਟੁੱਟ ਗਈ ਤੇ 1992 ਦਾ ਜਿਹੜਾ ਬਾਈਕਾਟ ਸੀ ਉਹਦਾ ਤਾਂ ਬਹਾਨਾ ਬਣਾਇਆ ਗਿਆ। ਖਾੜਕੂ ਸਿੰਘਾਂ ਨੂੰ ਬਦਨਾਮ ਕੀਤਾ ਗਿਆ ਪੰਥ ਚ, ਜਦਕਿ ਉਹ ਤਾਂ ਸਿਰਾਂ ਤੇ ਕਫਨ ਬੰਨ ਕੇ ਰਣਦੱਤੇ ਚ ਦੁਸ਼ਮਣਾਂ ਨਾਲ ਜੂਝ ਰਹੇ ਸੀ। ਇਹਦੇ ਚ ਕੋਈ ਸ਼ੱਕ ਨਹੀਂ ਕਿ ਬੈਂਤੇ ਪੁੱਤਰ ਦੀ ਸਰਕਾਰ ਦੇ ਸਮੇਂ ਸਿੱਖਾਂ ਤੇ ਬਹੁਤ ਜ਼ਿਆਦਾ ਜ਼ੁਲਮ ਹੋਇਆ, ਪਰ ਇਹ ਕੋਈ ਨਵਾਂ ਹੱਥਕੰਡਾ ਨਹੀਂ ਸੀ। ਇਹ ਤਾਂ ਮੁਗਲਾਂ ਦੇ ਸਮੇਂ ਤੋਂ ਅੰਗਰੇਜ਼ਾਂ ਦੇ ਵੇਲੇ ਵੀ ਇਹ ਜ਼ੁਲਮ ਹੁੰਦੇ ਆਏ ਸੀ, ਸਿੱਖਾਂ ਦੇ ਉੱਤੇ ਝੱਲ ਰਹੇ ਸੀ। ਅਸਲ ਚ ਕੁਰਬਾਨੀਆਂ ਦਿੱਤੀਆਂ ਸਿੰਘਾਂ ਨੇ, ਤੁਸੀਂ ਇਹ ਝੱਲ ਰਹੇ ਹੋਏ ਤੇ ਉਹ ਰੱਸਿਆਂ ਤੇ ਪੁੱਠੇ ਜਦੋਂ ਟੰਗੇ ਹੁੰਦੇ ਸੀ ਜਦੋਂ ਉਹਨਾਂ ਦੇ ਸਾਹਮਣੇ ਉਹਨਾਂ ਦੇ ਪੇਟ ਦੇ ਵਿੱਚ ਚੀਰਾ ਦੇ ਕੇ ਉਹਨਾਂ ਦੀਆਂ ਆਂਦਰਾਂ ਉਹਨਾਂ ਦੇ ਸਾਹਮਣੇ ਕੱਢੀਆਂ ਜਾਂਦੀਆਂ ਸੀ ਤੇ ਉਹ ਤਾਂ ਫਿਰ ਵੀ ਵਾਹਿਗੁਰੂ ਵਾਹਿਗੁਰੂ ਕਰਦੇ ਹੁੰਦੇ ਸੀ। ਇਹ ਕੋਈ ਨਵਾਂ ਤਰੀਕਾ ਨਹੀਂ ਸੀ ਨਵਾਂ, ਇਹਦੇ ਨਾਲ ਅਸੀਂ ਕਹੀਏ ਵੀ ਤਸ਼ੱਦਦ ਦੇ ਨਾਲ ਇਹ ਲਹਿਰ ਖਤਮ ਹੋ ਗਈ ਜਾਂ ਇਹਦੇ ਨਾਲ ਕੋਈ ਅਸਰ ਪਿਆ ਹੋਊਗਾ, ਇਹ ਨਵਾਂ ਹੱਥਕੰਡਾ ਨਹੀਂ ਸੀ ਜਿਹੜਾ ਪਹਿਲੀ ਵਾਰ ਵਰਤਿਆ ਗਿਆ ਹੋਵੇ। ਰਵੇਰੋ ਆਪਣੇ ਵੇਲੇ ਗਿੱਲ ਵਾਂਗ ਹੀ ਸਿੱਖਾਂ ਦਾ ਕਤਲੇਆਮ ਕਰਕੇ ਦੇਖ ਚੁੱਕਿਆ ਸੀ ਤੇ ਅਸਲ ਚ ਜੋ ਜ਼ੁਲਮ ਗਿੱਲ ਨੇ ਹੱਥਕੰਡੇ ਵਰਤੇ ਬੇਅੰਤੇ ਦੀ ਸਰਕਾਰ ਸਮੇਂ, ਉਹਨਾਂ ਦਾ ਸਰਨਾ ਰਵੇਰੋ ਵਰਤੋਂ ਕਰ ਚੁੱਕਿਆ ਸੀ ਤੇ ਉਹ ਰਵੇਰੋ ਨੇ ਤਾਂ ਸ਼ੁਰੂਆਤ ਕੀਤੀ ਸੀ ਉਹਨਾਂ ਦੀ। ਉਹਨਾਂ ਸਾਰਿਆਂ ਹੱਥਕੰਡਿਆਂ ਨੂੰ ਸਿੱਖਾਂ ਤੇ ਅਜਮਾ ਕੇ ਹਾਰ ਕੇ ਬੈਠ ਚੁੱਕਾ ਸੀ, ਪਰ ਸਰਕਾਰ ਸਿੱਖਾਂ ਤੇ ਜਿੰਨਾ ਜ਼ਿਆਦਾ ਜ਼ੁਲਮ ਕਰਦੀ ਲਹਿਰ ਨੂੰ ਹੋਰ ਜ਼ਿਆਦਾ ਤਾਕਤ ਮਿਲਦੀ ਸੀ। ਲਹਿਰ ਦੇ ਸਫਲ ਨਾ ਹੋਣ ਦੇ ਕਈ ਛੋਟੇ ਮੋਟੇ ਕਾਰਨ ਜਿਹੜੇ ਸਾਡੇ ਸਾਹਮਣੇ ਆਉਂਦੇ ਨੇ, ਉਹਨਾਂ ਚ ਨੰਬਰ ਇੱਕ ਕਾਰਨ ਹੈ ਜੀ ਕਿ ਰਾਜਨੀਤਿਕ ਫਰੰਟ ਤੇ ਖਾਲਿਸਤਾਨੀ ਲੀਡਰਾਂ ਦੀਆਂ ਬੱਚਰ ਗਲਤੀਆਂ ਵੱਡੀਆਂ ਗਲਤੀਆਂ, ਤੇ ਦੂਜਾ ਕਾਰਨ ਹੈ ਜੀ ਖਾੜਕੂ ਸਿੰਘਾਂ ਦੀ ਉਹ ਮਜਬੂਰੀ ਜਿਹਦੇ ਕਾਰਨ ਲੋਕਾਂ ਨਾਲ ਉੱਪਰਲੇ ਪੱਧਰ ਤੇ ਬਾਹਰੀ ਜ਼ਾਹਰਾ ਤੌਰ ਦੇ ਉੱਤੇ ਸਿਆਸੀ ਫਰੰਟ ਤੇ ਸਿੱਧਾ ਰਾਬਤਾ ਨਹੀਂ ਰੱਖ ਸਕੇ, ਜਾਂ ਅਸੀਂ ਕਹਿ ਲਈਏ ਕਿ ਇੱਕ ਅਜਿਹਾ ਸਿਆਸੀ ਫਰੰਟ ਉਹ ਬਣਾ ਨਹੀਂ ਸਕੇ ਜਿਹੜਾ ਲੋਕਾਂ ਦੇ ਵਿੱਚ ਵਿਚਰ ਕੇ ਸਿੱਧੇ ਤੌਰ ਦੇ ਉੱਤੇ ਸੰਪਰਕ ਪੈਦਾ ਕਰਦਾ। ਤੇ ਤੀਜਾ ਕਾਰਨ ਸੀ ਸਿੱਖ ਬੁੱਧੀਜੀਵੀਆਂ ਦਾ ਸੰਘਰਸ਼ ਮਾਰੂ ਰੋਲ, ਸਿੱਖ ਵਿਦਵਾਨਾਂ ਦਾ ਸੰਘਰਸ਼ ਚ ਮਾਰੂ ਰੋਲ, ਇਹ ਤਿੰਨ ਵੱਡੇ ਕਾਰਨ ਨੇ ਜੀ ਇਹਦੇ ਚ। ਤੇ ਇਹਨਾਂ ਦੇ ਉੱਤੇ ਆਪਾਂ ਗੱਲਬਾਤ ਕਰਦੇ ਹਾਂ।
ਤੇ ਮੈਨੂੰ ਲੱਗਦਾ ਕਿ ਤੁਸੀਂ ਸਾਰੇ ਜਿਹੜੇ ਹੋ ਇਹਦੇ ਲਈ ਸਹਿਮਤ ਹੋਵੋਗੇ ਤੇ ਸਹਿਮਤੀ ਬਣ ਜਾਂਦੀ ਹੈ ਜਦੋਂ ਦਰਦ ਦੀ ਗੱਲ ਹੋਵੇ ਸਾਂਝਾ ਦਰਦ ਹੋਵੇ। ਸੰਘਰਸ਼ ਕੋਈ ਤਾਸ਼ ਦੇ ਪੱਤਿਆਂ ਦਾ ਬਣਿਆ ਹੋਇਆ ਨਹੀਂ ਹੁੰਦਾ ਜਿਹੜਾ ਇੱਕੋ ਝਟਕੇ ਨਾਲ ਡੇਗ ਦੋ, ਰੇਤ ਦਾ ਮੀਨਾਰ ਨਹੀਂ ਹੁੰਦਾ। ਸੰਘਰਸ਼ ਦੀ ਤਬਾਹੀ ਦੇ ਕਾਰਨ ਹਮੇਸ਼ਾ ਉਹਦੇ ਨਾਲ ਨਾਲ ਬਰਾਬਰ ਤੇ ਉਹਦੇ ਸ਼ੁਰੂਆਤੀ ਦੌਰ ਤੋਂ ਚੱਲਦੇ ਨੇ ਤੇ ਸਾਡੇ ਨਾਲ ਵੀ ਇੰਝ ਹੋਇਆ। ਸਾਡੀ ਤਬਾਹੀ ਦੇ ਕਾਰਨ ਸਾਡੀਆਂ ਜਿਹੜੀਆਂ ਕਾਮਯਾਬੀਆਂ ਦੇ ਨਾਲ ਨਾਲ ਤਬਾਹੀ ਦੇ ਕਾਰਨ ਵੀ ਨਾਲ ਨਾਲ ਚੱਲਦੇ ਰਹੇ ਤੇ ਕਾਮਯਾਬੀ ਦੀਆਂ ਜਿਹੜੀਆਂ ਝੰਡੀਆਂ ਬੁਲੰਦ ਹੁੰਦੀਆਂ ਸੀ ਉਹ ਵੀ ਨਾਲ ਨਾਲ ਚੱਲਦੀਆਂ ਰਹੀਆਂ। ਸੰਤ ਜਰਨੈਲ ਸਿੰਘ ਜੀ ਦੀ ਜਿਹੜੀ ਸ਼ਹਾਦਤ ਹੈ ਉਹਦੇ ਤੋਂ ਬਾਅਦ ਖਾਲਿਸਤਾਨ ਦੀ ਪ੍ਰਾਪਤੀ ਲਈ ਦੋਵਾਂ ਫਰੰਟਾਂ ਤੋਂ ਸੰਘਰਸ਼ ਲੜਨਾ ਜ਼ਰੂਰੀ ਹੋ ਗਿਆ ਸੀ, ਹਥਿਆਰਬੰਦ ਤੇ ਉੱਪਰਲੇ ਪੱਧਰ ਦੇ ਉੱਤੇ ਸਿਆਸੀ ਫਰੰਟ ਦੇ ਨਾਲ। ਤੇ 26 ਜਨਵਰੀ 1986 ਨੂੰ ਸਰਬੱਤ ਖਾਲਸਾ ਜਿਹੜਾ ਸਮਾਗਮ ਹੋਇਆ ਸੀ ਉਹਦੇ ਚ ਹਜ਼ਾਰਾਂ ਦੀ ਗਿਣਤੀ ਚ ਸਿੱਖਾਂ ਨੇ ਪਹੁੰਚ ਕੇ ਭਾਰਤੀ ਹਕੂਮਤ ਦੇ ਪ੍ਰਤੀ ਆਪਣਾ ਰੋਸ ਦਾ ਪ੍ਰਗਟਾਵਾ ਕੀਤਾ ਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਸਿੱਖ ਸਰਗਰਮੀਆਂ ਦਾ ਧੂਰਾ ਬਣਾਉਣ ਲਈ ਇੱਕ 5 ਮੈਂਬਰੀ ਕਮੇਟੀ ਦਾ ਐਲਾਨ ਕੀਤਾ ਗਿਆ, ਪੰਥਕ ਕਮੇਟੀ। ਉਹ ਕਮੇਟੀ ਚ ਧੰਨਾ ਸਿੰਘ, ਬਾਬਾ ਗੁਰਬਚਨ ਸਿੰਘ ਮਾਨੋਚਾਰ, ਭਾਈ ਗੁਰਦੇਵ ਸਿੰਘ ਉਸਮਾਨ ਵਾਲਾ, ਭਾਈ ਅਰੂਪ ਸਿੰਘ ਤੇ ਬਸੰਤ ਸਿੰਘ ਜ਼ਫਰਵਾਲ। ਇਹਦੇ ਚ ਧਰਨਾ ਸਿੰਘ ਤੇ ਬਸੰਤ ਸਿੰਘ ਜ਼ਫਰਵਾਲ ਜੁੜੇ ਨੇ ਹਾਲੇ ਵੀ ਤੇ ਜ਼ਫਰਵਾਲ ਨੂੰ ਅਸੀਂ ਕਿਤੇ 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 ਮੀਟਿੰਗ ਚ ਯੂਨਾਈਟਿਡ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਭਾਈ ਗੁਰਦੀਪ ਸਿੰਘ ਬਠਿੰਡਾ ਤੇ ਭਾਈ ਮੋਹਕਮ ਸਿੰਘ ਉਹਨਾਂ ਦੇ ਨਾਲ ਦੇਖਦੇ ਹਾਂ ਤੇ ਭਾਈ ਧਰਨਾ ਸਿੰਘ ਮੈਨੂੰ ਲੱਗਦਾ ਜਿੱਥੇ ਕਿਤੇ ਹੈਗੇ ਨੇ ਸ਼ਾਇਦ ਸਾਨੂੰ ਸੁਣ ਵੀ ਰਹੇ ਨੇ। ਸੋ ਇਹ 5 ਮੈਂਬਰੀ ਪੰਥਕ ਕਮੇਟੀ ਬਣ ਗਈ, ਇਹਦਾ ਐਲਾਨ ਕੀਤਾ ਗਿਆ, ਇਹਦੇ ਮੈਂਬਰ ਸਨ। ਤੇ ਅਕਾਲ ਤਖ਼ਤ ਦੇ ਜਥੇਦਾਰ ਜਸਵੀਰ ਸਿੰਘ ਰੋਡੀ ਨੂੰ ਐਲਾਨ ਦਿੱਤਾ ਗਿਆ ਤੇ ਐਕਟਿੰਗ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਬਣਾਇਆ ਗਿਆ। ਪਰ 29 ਅਪ੍ਰੈਲ 1986 ਤੇ ਜਦੋਂ ਇਸ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕਰ ਦਿੱਤਾ ਤਾਂ ਭਾਵੇਂ ਉਹਨੇ ਸੰਘਰਸ਼ ਚ ਵੱਡੀ ਥਾਲ ਮਾਰੀ ਸੀ, ਮਜਬੂਰੀ ਚ ਇਹ ਪੰਥਕ ਕਮੇਟੀ ਵਿਚਲੇ ਸਾਰੇ ਮੈਂਬਰਾਂ ਨੂੰ ਰੂਪੋਸ਼ ਹੋਣਾ ਪਿਆ, ਜਿਹਦੇ ਕਾਰਨ ਬਹੁਤਾ ਸਮਾਂ ਪੰਥਕ ਕਮੇਟੀ ਸਿੱਖ ਕੌਮ ਦੀ ਅਗਵਾਈ ਨਹੀਂ ਕਰ ਸਕੀ। ਇਹ ਕਮੇਟੀ ਤੇ ਬਣਾਈ ਸੀ ਕੌਮ ਦੀ ਅਗਵਾਈ ਕਰਨ ਦੇ ਲਈ, ਸਾਰਾ ਤੌਰ ਦੇ ਉੱਤੇ ਬਾਹਰ ਰਹਿ ਕੇ ਲੋਕਾਂ ਦੇ ਵਿੱਚ ਵਿਚਰ ਗਏ ਹਨ। ਪਰ ਕਿਉਂਕਿ ਖਾਲਿਸਤਾਨ ਦਾ ਐਲਾਨ ਕਰਨਾ ਪੈ ਗਿਆ ਸੀ ਤੇ ਇਹਨਾਂ ਨੂੰ ਫਿਰ ਰੂਪੋਸ਼ ਹੋਣਾ ਪਿਆ ਸਾਰਿਆਂ ਨੂੰ। ਤੇ ਇਹਦੇ ਤੋਂ ਬਾਅਦ ਪੰਥਕ ਕਮੇਟੀ ਕੋਲ ਸੰਘਰਸ਼ ਦੀ ਬਾਗਡੋਰ ਪ੍ਰੋਫੈਸਰ ਦਰਸ਼ਨ ਸਿੰਘ ਦੇ ਰਾਹੀਂ ਉਹਨਾਂ ਨੂੰ ਅਕਾਲ ਤਖ਼ਤ ਦਾ ਜਥੇਦਾਰ ਬਣਾ ਕੇ ਤੇ ਉਹ ਲੈਣ ਦੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਉਸ ਵੇਲੇ ਜਸਵੀਰ ਸਿੰਘ ਰੋਡੇ ਜੇਲ੍ਹ ਚ ਤੇ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਵੀ ਜੇਲ੍ਹ ਚ ਭੇਜ ਦਿੱਤਾ ਗਿਆ ਗ੍ਰਿਫ਼ਤਾਰ ਕਰਕੇ। ਇਹ ਫਿਰ ਰਾਗੀ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਜਥੇਦਾਰ ਬਣਾਇਆ ਗਿਆ ਤੇ ਭਾਰਤ ਸਰਕਾਰ ਨੇ ਸਰਗਰਮੀ ਤੋਰੀ ਇਹ ਸੰਘਰਸ਼ ਨੂੰ ਆਪਣੇ ਹੱਥ ਚ ਲੈਣ ਦੀ, ਤਾਂ ਕਿ ਜਿਹੜੀ ਖਾਲਿਸਤਾਨ ਦੀ ਲਹਿਰ ਹੈ ਉਹਨੂੰ ਖਤਮ ਕਰਨ ਦੇ ਮਕਸਦ ਨਾਲ ਉਲਝਾ ਦਿੱਤਾ ਜਾਵੇ। ਦਰਸ਼ਨ ਸਿੰਘ ਦੇ ਆਉਣ ਦੇ ਨਾਲ ਹੀ 3 ਜੁਲਾਈ 1987 ਨੂੰ ਬਿਆਨ ਦਿੱਤਾ ਦਰਸ਼ਨ ਸਿੰਘ ਨੇ ਕਿ ਅੱਜ ਬੰਦੂਕਾਂ ਦਾ ਨਹੀਂ ਦਲੀਲ ਦਾ ਜ਼ਮਾਨਾ ਹੈ, ਅਜੇ ਅਸੀਂ ਖਾਲਿਸਤਾਨ ਨਹੀਂ ਮੰਗ ਰਹੇ। 4 ਅਗਸਤ 1987 ਨੂੰ ਪੰਥਕ ਕਨਵੈਨਸ਼ਨ ਸੱਦ ਕੇ ਪ੍ਰੋਫੈਸਰ ਦਰਸ਼ਨ ਸਿੰਘ ਨੇ ਖਾਲਿਸਤਾਨ ਦੀ ਬਜਾਏ ਨਵਾਂ ਪੰਥ ਦਾ ਨਿਸ਼ਾਨਾ ਘੜਨ ਦੀ ਕੋਸ਼ਿਸ਼ ਕੀਤੀ, ਜਿਹੜਾ ਕਿ ਬਾਬਾ ਗੁਰਬਚਨ ਸਿੰਘ ਮਾਨੋਚਾਹ ਦੇ ਦਖਲ ਨਾਲ ਉਹ ਰੋਕ ਦਿੱਤਾ ਗਿਆ, ਉਹ ਨਿਸ਼ਾਨਾ ਜਿਹੜਾ ਘੜਨਾ ਸੀ ਪ੍ਰੋਫੈਸਰ ਦਰਸ਼ਨ ਸਿੰਘ ਨੇ। ਤੇ ਇਹ ਗੱਲ ਪ੍ਰੋਫੈਸਰ ਦਰਸ਼ਨ ਸਿੰਘ ਨੇ ਆਪਣੀ ਸਵੈ ਜੀਵਨੀ ਇੱਕ ਕਿਤਾਬ ਲਿਖੀ ਹੈ ਉਹਨਾਂ ਨੇ, ਉਹਦੇ ਚ ਜ਼ਿਕਰ ਕੀਤਾ ਕਿ ਉਹਨਾਂ ਨੇ ਨਵਾਂ ਨਿਸ਼ਾਨਾ ਘੜਨਾ ਸੀ ਜਿਹਨੂੰ ਬਾਬਾ ਗੁਰਬਚਨ ਸਿੰਘ ਮਾਨੋਚਾਹ ਨੇ ਰੋਕ ਦਿੱਤਾ ਸੀ। ਸੋ ਪ੍ਰੋਫੈਸਰ ਦਰਸ਼ਨ ਸਿੰਘ ਨੇ ਅਸਤੀਫਾ ਦਿੱਤਾ ਤੇ ਉਹਦੇ ਤੋਂ ਬਾਅਦ ਜਸਵੀਰ ਸਿੰਘ ਰੋਡੇ ਦੀ ਵਾਰੀ ਆਈ। 4 ਅਗਸਤ 1988 ਨੂੰ ਜਸਵੀਰ ਸਿੰਘ ਰੋਡੇ ਨੂੰ ਰਿਹਾ ਕਰ ਦਿੱਤਾ ਗਿਆ। ਉਹਦੇ ਤੋਂ ਬਾਅਦ ਉਹਨੇ ਐਲਾਨ ਕੀਤਾ ਕਿ ਪੰਥ ਦਾ ਨਿਸ਼ਾਨਾ ਪੂਰਨ ਆਜ਼ਾਦੀ ਹੈ। ਇਹ ਐਲਾਨ ਸੁਣਦੇ ਹੀ ਸਾਰੇ ਖਾੜਕੂ ਸਮਝ ਗਏ ਕਿ ਖਾਲਿਸਤਾਨ ਸ਼ਬਦ ਦੀ ਥਾਵੇਂ ਹੋਰ ਸ਼ਬਦ ਦੇਣ ਲਈ ਕਾਹਲੀ ਭਾਰਤ ਸਰਕਾਰ ਦੀ ਇਹ ਨਵੀਂ ਗੇਮ ਹੈ ਕੋਈ। ਤੇ ਰਹਿੰਦੀ ਕਸਰ ਜਿਹੜੀ ਹੋ ਗਈ ਪੂਰੀ ਉਹ 9 ਮਈ 1988 ਨੂੰ 9 ਮਈ 1988 ਨੂੰ ਜਸਵੀਰ ਸਿੰਘ ਰੋਡੇ ਨੇ ਜਥੇਦਾਰ ਦੀ ਸੇਵਾ ਸੰਭਾਲੀ ਤੇ ਉਦੋਂ ਉਹਨੇ ਭਾਸ਼ਣ ਦਿੱਤਾ, ਪੂਰਨ ਆਜ਼ਾਦੀ ਦੀ ਗੱਲ ਕੀਤੀ ਤੇ ਸੰਗਤ ਨੇ ਉਹਦੇ ਵਿਰੋਧ ਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਮੁੱਕਦੀ ਗੱਲ ਇਹ ਵੀ 9 ਮਈ ਨੂੰ ਸ਼ੁਰੂ ਹੋਏ ਆਪਰੇਸ਼ਨ ਬਲੈਕ ਥੰਡਰ ਨਾਲ ਉਹਦੀ ਸਾਰੀ ਖੇਡ ਖੁੱਲ ਗਈ ਤੇ ਉਹ ਵੀ ਦਰਸ਼ਨ ਸਿੰਘ ਵਾਂਗ ਹੀ ਸਿੱਖਾਂ ਦੀ ਤੇ ਜਿਹੜੇ ਖਾੜਕੂ ਸੰਘਰਸ਼ ਕਰ ਰਹੇ ਸਨ ਜੁਝਾਰੂ ਨੌਜਵਾਨ ਉਹਨਾਂ ਦੀ ਜਿਹੜੀ ਨਜ਼ਰ ਤੋਂ ਪੂਰੀ ਤਰ੍ਹਾਂ ਲੈ ਗਿਆ ਤੇ ਸਾਰਿਆਂ ਨੂੰ ਸਪਸ਼ਟ ਹੋ ਗਿਆ ਕਿ ਇਹ ਕਿਸ ਮਕਸਦ ਦੇ ਨਾਲ ਸੀ ਜਿਹੜਾ ਉਹ
ਇਸ ਨੂੰ ਰਿਹਾ ਕੀਤਾ ਗਿਆ ਸੀ। ਉਹਦੇ ਤੋਂ ਬਾਅਦ ਉਹੀ ਰੋਲ ਹਰਮਿੰਦਰ ਸਿੰਘ ਸੰਧੂ ਨੇ ਨਿਭਾਇਆ ਜਿਹੜਾ ਜਨਰਲ ਸੈਕਟਰੀ ਸੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ। ਉਹਦੇ ਕਾਰਨ ਉਹ ਆਪ ਹੀ ਮੈਨੂੰ ਲੱਗਦਾ ਕਿ ਗੋਲੀ ਦੇ ਅੱਗੇ ਆ ਗਿਆ ਤੇ ਅਜਿਹਾ ਨਾਮ ਹੀ ਕਰਦਾ ਤਾਂ ਮੈਨੂੰ ਲੱਗਦਾ ਕਿ ਉਹਨੇ ਹੁਣ ਤੱਕ ਜਿਸ ਤਰੀਕੇ ਨਾਲ ਉਸਨੂੰ ਦਿਮਾਗ ਕਿਹਾ ਜਾਂਦਾ ਸੀ ਕੌਮ ਦਾ ਸਿੱਖ ਸੰਘਰਸ਼ ਦਾ, ਮੈਨੂੰ ਲੱਗਦਾ ਹੁਣ ਤੱਕ ਉਹਨੇ ਚੰਗੀ ਅਗਵਾਈ ਕਰਨੀ ਸੀ। ਪਰ ਉਹ ਜਸਵੀਰ ਸਿੰਘ ਰੋਡੇ ਵਾਲੀ ਭੂਮਿਕਾ ਹੀ ਨਿਭਾ ਗਿਆ ਤੇ 84 ਤੋਂ ਬਾਅਦ ਖਾਲਸਾ ਦੇ ਸੰਘਰਸ਼ ਸੰਤ ਭਿੰਡਰਾਂ ਵਾਲਿਆਂ ਦੀ ਜਿਹੜੀ ਧਿਰ ਸੀ ਸਾਰੇ ਪਾਸੇ ਛਾਈ ਹੋਈ ਸੀ। ਇਸ ਲਈ ਸਰਕਾਰ ਨੇ ਜੋ ਵੀ ਗੱਲ ਕਰਨੀ ਸੀ ਉਹ ਇਸੇ ਧਿਰ ਨਾਲ ਕਰਨੀ ਸੀ, ਤਾਂ ਖੜਕੂਆਂ ਦੇ ਨਾਲ ਤਾਂ ਗੱਲ ਕਰ ਨਹੀਂ ਸਕਦੀ ਸੀ। ਤਾਂ ਉਹਨੇ ਸੰਤ ਭਿੰਡਰਾਂ ਵਾਲਿਆਂ ਦੇ ਜਿਹੜੇ ਨੇੜੇ ਦੇ ਸਾਥੀ ਸਨ ਉਹ ਭਾਈ ਸੰਧੂ ਸੀ, ਉਹ ਜੋਧਪੁਰ ਦੇ ਅਸੀਂ ਗੱਲਬਾਤ ਸ਼ੁਰੂ ਕੀਤੀ ਤੇ ਬਾਹਰ ਬੈਠੇ ਖੜਕੂਆਂ ਨੇ ਵੀ ਅਸੀਂ ਕੋਈ ਇਤਰਾਜ਼ ਨਹੀਂ ਪ੍ਰਗਟ ਕੀਤਾ ਤੇ ਸੰਧੂ ਤੇ ਪੂਰਾ ਯਕੀਨ ਕੀਤਾ ਖੜਕੂਆਂ ਨੇ। ਪਰ ਸੰਧੂ ਨੇ ਜਦੋਂ ਜੋਧਪੁਰ ਦੇ ਸੰਤ ਭਿੰਡਰਾਂ ਦੀ ਧਿਰ ਦੀ ਤਰਫ ਤੋਂ ਉਸ ਪਾਸੇ ਤੋਂ ਸਰਕਾਰ ਨਾਲ ਗੱਲ ਕੀਤੀ ਤਾਂ ਉਹਨੇ ਸਰਕਾਰ ਨਾਲ ਗੱਲ ਖਾਲਿਸਤਾਨ ਦੇ ਕਰਨ ਦੀ ਬਜਾਏ ਆਨੰਦਪੁਰ ਦੇ ਮਤੇ ਤੇ ਕੀਤੀ, ਜਿਹੜੀ ਖਾਲਿਸਤਾਨੀ ਸੰਘਰਸ਼ ਨੂੰ ਮਜ਼ਬੂਤ ਕਰਨ ਦੀ ਬਜਾਏ ਸਰਕਾਰ ਦੇ ਹੱਥ ਮਜ਼ਬੂਤ ਕਰਦੀ ਸੀ। ਸੰਧੂ ਨਾਲ ਪਿਆਰ ਤੇ ਹਮਦਰਦੀ ਰੱਖਣ ਵਾਲੇ ਜਿਹੜੇ ਕੁਛ ਲੋਕ ਸਨ ਉਹਨਾਂ ਨੇ, ਉਹਨਾਂ ਤੋਂ ਇੱਕ ਸੀ ਮਹਿੰਦਰ ਸਿੰਘ ਪੱਤਰਕਾਰ ਅੰਮ੍ਰਿਤਸਰ ਦੇ, ਅਕਾਲੀ ਪੱਤਰਕਾਰੀ ਪੱਤਰਕਾਰੀ ਕਰਦੇ ਸਨ। ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਮੀਂਹ ਰੱਖੀ ਗਈ, ਉਹਦੇ ਮੈਂ ਕਹਿੰਦਾ ਕਿ ਪੰਨਾ ਲਿਖਿਆ ਵੀ ਇੱਥੇ ਪੰਨਾ 287 ਤੇ ਲਿਖਿਆ ਉਹਨਾਂ ਨੇ ਕਿ ਸੰਧੂ ਨਾਲ 30,000 ਅਦਾਲਤ ਚ ਦਿੱਲੀ ਮੁਲਾਕਾਤ ਕੀਤੀ ਤੇ ਉਹ ਲਿਖਦੇ ਨੇ ਕਿ ਸਰਕਾਰ ਨਾਲ ਸੰਧੂ ਨੇ ਦੱਸਿਆ, ਸੰਧੂ ਦੇ ਵੱਲੋਂ ਲਿਖਦੇ ਨੇ ਆਪਣੀ ਕਿਤਾਬ ਚ ਕਿ ਸਰਕਾਰ ਨਾਲ ਸਾਡੀ ਗੱਲਬਾਤ ਆਨੰਦਪੁਰ ਦੇ ਮਤੇ ਤੇ ਚੱਲਦੀ ਪਈ ਹੈ ਤੇ ਅਗਲੇ ਗੇੜ ਚ ਸਾਡਾ ਤੇ ਸਰਕਾਰ ਦਾ ਸਮਝੌਤਾ ਹੋਜੂਗਾ। ਤੇ ਸੰਧੂ ਦੀ ਇਸ ਕਾਰਵਾਈ ਕਾਰਨ ਜੇਲ੍ਹ ਚ ਸ਼ਹੀਦ ਜਨਰਲ ਲਾਭ ਸਿੰਘ ਨਾਲ ਉਹਦੀ ਲੜਾਈ ਵੀ ਹੋਈ, ਤੂਤੂ ਮੈਨ ਹੋਈ, ਮਤਲਬ ਹੱਥੋਂ ਪਾਈ ਵੀ ਹੋਈ। ਪਰ ਸੰਧੂ ਨੇ ਖਾੜਕੂਆਂ ਦੇ ਇਸ ਵਿਰੋਧ ਦੀ ਕੋਈ ਪਰਵਾਹ ਨਹੀਂ ਕੀਤੀ ਤੇ ਉਹ ਸਰਕਾਰ ਦੇ ਵੱਲ ਝੁਕਦੇ ਗਏ ਲਗਾਤਾਰ। ਪਰ ਭਾਈ ਸੰਧੂ ਦੀ ਇਹ ਜਿਹੜੀ ਗੱਲਬਾਤ ਸਰਕਾਰ ਨਾਲ ਸਿਰੇ ਨਹੀਂ ਚੜੀ, ਕਿਉਂਕਿ ਸਰਕਾਰ ਸੰਧੂ ਤੋਂ ਆਨੰਦਪੁਰ ਦੇ ਮਤੇ ਦੇ ਬਦਲੇ ਪੰਜਾਬ ਚ ਖਾੜਕੂਆਂ ਦੇ ਆਤਮ ਸਮਰਪਣ ਦੀ ਤੇ ਹਥਿਆਰ ਸੁੱਟਣ ਦੀ ਮੰਗ ਲਗਾਤਾਰ ਕਰ ਰਹੀ ਸੀ। ਇਹ ਸੰਧੂ ਦੇ ਵੱਸ ਦੀ ਗੱਲ ਵੀ ਨਹੀਂ ਸੀ ਕਿ ਉਹ ਆਤਮ ਸਮਰਪਣ ਕਰਾਉਂਦਾ ਖਾੜਕੂ ਨੂੰ। ਇਹਨਾਂ ਗੱਲਾਂ ਨੇ ਸੰਧੂ ਨੂੰ ਆਪਣੇ ਆਪ ਹੀ ਖੁਦ ਬਖੁਦ ਸਿੰਘਾਂ ਦੀ ਗੋਲੀ ਦੇ ਮੂਹਰੇ ਕਰ ਦਿੱਤਾ ਤੇ 24 ਜਨਵਰੀ 1990 ਨੂੰ ਸੰਧੂ ਦਾ ਅੰਮ੍ਰਿਤਸਰ ਚ ਕਤਲ ਹੋ ਗਿਆ। 24 ਜਨਵਰੀ 1990 ਦਸੰਬਰ 1999 ਨੂੰ 5 ਸਾਲ ਦੀ ਜੇਲ੍ਹ ਕੱਟ ਕੇ ਸਿਮਰਨਜੀਤ ਸਿੰਘ ਮਾਨ ਜੇਲ੍ਹ ਤੋਂ ਬਾਹਰ ਆਏ। ਸਰਦਾਰ ਮਾਨ ਨੂੰ ਖਾੜਕੂਆਂ ਨੇ ਤਰਨ ਤਾਰਨ ਸਾਹਿਬ ਹਲਕੇ ਤੋਂ ਵੱਡੀ ਗਿਣਤੀ ਚ ਵੋਟਾਂ ਪਾਈਆਂ ਸਨ। ਮਾਨ ਨੂੰ ਵੀ ਜਿਹੜੀ ਜ਼ਾਹਰਾ ਤੌਰ ਦੇ ਉੱਤੇ ਖਾਲਿਸਤਾਨ ਦੀ ਲਹਿਰ ਸੀ, ਲੋਕਾਂ ਦੇ ਵਿੱਚ ਬਾਹਰ ਰਹਿ ਕੇ ਵਿਚਰਦੇ ਜਿਹੜੀ ਲਹਿਰ ਚੱਲ ਰਹੀ ਸੀ ਉਹਦੀ ਗੱਲ ਨੂੰ ਗੱਲ ਅੱਗੇ ਤੋੜਨੀ ਚਾਹੀਦੀ ਸੀ। ਪਰ ਮਾਨ ਨੇ ਬਾਹਰ ਆਉਂਦੇ ਸਾਰ ਬਿਆਨ ਦਿੱਤਾ ਕਿ ਖਾਲਿਸਤਾਨ ਕੋਈ ਮੁੱਦਾ ਨਹੀਂ, ਇਹ ਵੱਧ ਹਲਕਾਂ ਦੀ ਗੱਲ ਹੈ, ਜੇ ਖਾਲਿਸਤਾਨ ਬਣ ਗਿਆ ਤਾਂ ਪੰਜਾਬ ਤੋਂ ਬਾਹਰ ਬੈਠੇ ਸਿੱਖਾਂ ਦਾ ਕੀ ਬਣੇਗਾ। ਇਹ ਮਾਨ ਦਾ ਬਿਆਨ ਹੈ ਉਸ ਵੇਲੇ ਦੇ ਅਖਬਾਰਾਂ ਚ। ਤਾਂ ਉਸੇ ਵੇਲੇ ਮਾਨ ਗੱਲ ਜਿਹੜਾ ਸੀ ਖਾਲਿਸਤਾਨ ਦੀ ਬਜਾਏ ਆਨੰਦਪੁਰ ਦੇ ਮਤੇ ਨੂੰ ਆਪਣਾ ਕੌਮੀ ਨਿਸ਼ਾਨਾ ਦੱਸਦਾ ਸੀ ਕਿ ਖਾੜਕੂ ਸਿੰਘ ਜਿਹੜੇ ਮਾਨ ਦਲ ਤੇ ਆਸਾਂ ਲਾਈ ਬੈਠੇ ਸਨ, ਸਰਦਾਰ ਮਾਨ ਤੇ ਆਸਾਂ ਲਾਈ ਬੈਠੇ ਸਨ, ਉਹ ਨਿਰਾਸ਼ ਹੋ ਗਏ ਤੇ ਅਖੀਰ ਉਹਨਾਂ ਦਰਮਿਆਨ ਟਕਰਾਅ ਇੰਨਾ ਵੱਧ ਗਿਆ ਕਿ 23 ਜਨਵਰੀ 1990 ਨੂੰ ਭਾਈ ਵਧਾਵਾ ਸਿੰਘ ਬੱਬਰ, ਭਾਈ ਮਹਿਲ ਸਿੰਘ ਬੱਬਰ, ਹਰਮਿੰਦਰ ਸਿੰਘ ਸੁਲਤਾਨਵਿੰਡ, ਸਤੇਂਦਰਪਾਲ ਸਿੰਘ, ਗੁਰਜੰਟ ਸਿੰਘ, ਬੁੱਧ ਸਿੰਘ ਵਾਲਾ, ਭਾਈ ਪਰਮਜੀਤ ਸਿੰਘ ਪੰਜਵੜ, ਸੁਖਦੇਵ ਸਿੰਘ ਬੱਬਰ, ਦਲਜੀਤ ਸਿੰਘ ਬਿੱਟੂ ਨੇ ਇੱਕ ਬਿਆਨ ਰਾਹੀਂ ਸਰਦਾਰ ਮਾਨ ਨੂੰ ਪੁੱਛਿਆ, ਇੱਕ ਚਿੱਠੀ ਲਿਖੀ ਸਰਦਾਰ ਮਾਨ ਨੂੰ, ਖੁੱਲੀ ਚਿੱਠੀ, ਕਿ ਮਾਨ ਦਲ, ਬਾਦਲ ਦਲ ਤੇ ਲੌਂਗੋਵਾਲ ਦਲ ਚ ਕੀ ਫਰਕ ਹੈ। ਤੇ ਇਹਨਾਂ ਖਾੜਕੂਆਂ ਨੇ ਸਰਦਾਰ ਮਾਨ ਨੂੰ ਇੱਕ ਹੋਰ ਚਿੱਠੀ ਲਿਖੀ ਜਿਹਦੇ ਚ ਉਹਨਾਂ ਨੇ ਕਿਹਾ ਕਿ ਰਿਹਾਈ ਤੋਂ ਬਾਅਦ ਅਸੀਂ ਤੁਹਾਨੂੰ ਸੰਪਰਕ ਕਰਨ ਬਾਰੇ ਸੋਚਿਆ ਸੀ, ਪਰ ਆਉਂਦੇ ਸਾਰ ਖਾੜਕੂ ਸੰਘਰਸ਼ ਤੇ ਭਾਰਤੀ ਸੰਵਿਧਾਨ ਬਾਰੇ ਕੀਤੀਆਂ ਧੂਜਲੀਆਂ ਦੀਆਂ ਟਿੱਪਣੀਆਂ ਤੋਂ ਸਾਡੀ ਨਿਰਾਸ਼ਾ ਹੋਈ ਹੈ। ਮਾਨ ਆਨੰਦਪੁਰ ਦੇ ਮਤੇ ਤੇ ਅੜੇ ਰਹੇ, ਜਿਸ ਕਾਰਨ ਬਾਬਾ ਮਾਨੋ ਚਾਲ, ਜਿਨ੍ਹਾਂ ਨੇ ਤਰਨ ਤਾਰਨ ਏਰੀਏ ਤੋਂ ਉਹਨਾਂ ਨੂੰ ਰਿਕਾਰਡ ਤੋੜ ਜਿੱਤ ਦਵਾਈ ਸੀ, ਉਹਨਾਂ ਨੇ 3 ਮਾਰਚ 1991 ਨੂੰ ਉਹਨਾਂ ਦੇ ਖਿਲਾਫ਼ ਇੱਕ ਸਖ਼ਤ ਬਿਆਨ ਦਿੱਤਾ ਜਿਹਦੇ ਚ ਉਹਨਾਂ ਨੇ ਕਿਹਾ ਕਿ ਅਸੀਂ ਖਾਲਿਸਤਾਨ ਲਈ ਲੜ ਰਹੇ ਹਾਂ, ਨਾ ਕਿ ਵੱਧ ਅਧਿਕਾਰਾਂ ਲਈ। ਅਖੀਰ ਬਾਬਾ ਮਾਨੋ ਚਾਲ ਨੇ ਵੀ ਸਰਦਾਰ ਮਾਨ ਦੀ ਬਜਾਏ ਸ਼ਹੀਦ ਭਾਈ ਅਮਰੀਕ ਸਿੰਘ ਦੇ ਭਰਾ ਮਨਜੀਤ ਸਿੰਘ ਤੇ ਭਰੋਸਾ ਕੀਤਾ। ਮਨਜੀਤ ਸਿੰਘ ਬਾਰੇ ਆਪਾਂ ਸਾਰੇ ਜਾਣਦੇ ਹਾਂ, ਉਹ ਸਿਰਫ ਭਰੋਸਾ ਕੀਤਾ ਸੀ ਸਰਦਾਰ ਮਾਨੋ ਚਾਲ ਨੇ, ਬਾਬਾ ਮਾਨੋ ਚਾਲ ਨੇ, ਪਰ ਉਹ ਜਿਹੜਾ ਭਰੋਸਾ ਸੀ ਉਹਨਾਂ ਦਾ ਅਸੀਂ ਦੇਖਦੇ ਹਾਂ ਕਿ
ਜ਼ਿਆਦਾ ਦੇਰ ਤੱਕ ਸਹੀ ਸਾਬਤ ਨਹੀਂ ਹੋਇਆ ਤੇ ਉਹ ਭਰੋਸਾ ਬਾਬਾ ਮਾਨਵ ਚਾਹਲ ਦਾ ਜਲਦੀ ਟੁੱਟ ਗਿਆ ਤੇ ਉਹ ਵੀ ਅੱਜ ਦੇਖੋ ਕਿਸੇ ਬਾਰੇ ਕੁਛ ਕਿਹਾ ਨਹੀਂ ਨਾ ਜਾ ਸਕਦਾ ਸਮੇਂ ਤੋਂ ਪਹਿਲਾਂ ਤੇ ਅੱਜ ਅਸੀਂ ਦੇਖਦੇ ਹਾਂ ਕਿ ਉਹ ਜਿਹੜੇ ਹੈਗੇ ਨੇ ਮਨਜੀਤ ਸਿੰਘ ਬਾਦਲ ਦੇ ਕਿੱਟੂ ਬਣੇ ਹੋਏ ਨੇ ਪੂਰੀ ਤਰ੍ਹਾਂ ਉਹ ਵੀ ਭਾਈ ਅਮਰੀਕ ਸਿੰਘ ਦੇ ਭਰਾ ਨੇ ਉਹ ਪਰ ਕਿਸੇ ਬਾਰੇ ਕਹਿੰਦੇ ਨੇ ਕੁਛ ਕਿਹਾ ਨਹੀਂ ਜਾ ਸਕਦਾ ਹੈਗਾ ਸੋ ਇਹ ਗੱਲਾਂ ਨੇ ਜਿਹੜੀਆਂ ਅਸੀਂ ਦੇਖਦੇ ਹਾਂ ਸੋ ਇਹ ਗੱਲਬਾਤ ਤੁਸੀਂ ਸੁਣ ਰਹੇ ਹੋ ਜੀ ਸਾਡੀ ਦੀਵੇ ਦੀ ਲੋਚ ਸਿੱਖ ਸੁਸਾਇਟੀ ਇੰਡੀਆਨਾ ਵੱਲੋਂ ਜਿਹੜਾ ਹੈ ਇਹ ਪ੍ਰੋਗਰਾਮ ਜਿਹੜਾ ਸਪੋਂਸਰ ਕੀਤਾ ਜਾ ਰਿਹਾ ਸਿੱਖ ਸੁਸਾਇਟੀ ਇੰਡੀਆਨਾ ਵੱਲੋਂ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਵਿਸ਼ੇਸ਼ ਤੌਰ ਤੇ ਉੱਤੇ ਸਪੋਂਸਰ ਕੀਤਾ ਜਾ ਰਿਹਾ ਸੋ ਅੱਗੇ ਗੱਲ ਤੋਰਦੇ ਜੀ ਆਪਣੀ ਕਿ ਖਾਲਿਸਤਾਨੀ ਸੰਘਰਸ਼ ਕਾਮਯਾਬ ਨਹੀਂ ਹੋ ਸਕਿਆ ਤਾਂ ਉਹ ਜ਼ਾਹਰਾ ਤੌਰ ਦੇ ਉੱਤੇ ਉੱਪਰਲੀ ਪੱਧਰ ਦੇ ਉੱਤੇ ਲੋਕਾਂ ਦੇ ਵਿੱਚ ਖਾਲਿਸਤਾਨੀ ਲੀਡਰਾਂ ਦੀ ਜਿਹੜੀ ਨਲਾਇਕੀ ਜਾਂ ਅਯੋਗਤਾ ਕਾਰਨ ਨਹੀਂ ਹੋ ਸਕਿਆ ਇਹਦਾ ਕਾਰਨ 1992 ਦੇ ਚੋਣ ਬਾਈਕਾਟ ਦਾ ਇਹਦੇ ਚ ਕੋਈ ਰੋਲ ਨਹੀਂ ਜਿਵੇਂ ਕਿ ਅਸੀਂ ਅਕਸਰ ਗੱਲ ਕਰਦੇ ਹਾਂ ਮੈਂ ਵੀ ਪਹਿਲਾਂ ਇੱਦਾਂ ਸੋਚਦਾ ਸੀ ਪਰ ਜਿਵੇਂ ਜਿਵੇਂ ਅਸੀਂ ਘਟਨਾਵਾਂ ਨੂੰ ਬਰੀਕੀ ਦੇ ਨਾਲ ਸੋਚਦੇ ਵਿਚਾਰਦੇ ਹਾਂ ਉਹਨਾਂ ਦੇ ਅਰਥ ਕੁਝ ਹੋਰ ਨਿਕਲਦੇ ਨੇ ਜਿਹੜੇ ਵਿਚਾਰ ਮੇਰੇ ਇਸ ਵੇਲੇ ਨੇ ਉਹ ਹੋ ਸਕਦਾ ਕੱਲ ਨੂੰ ਬਦਲ ਜਾਣ ਕੋਈ ਨਵੀਂ ਖੋਜ ਆ ਜਾਏ ਮੇਰੇ ਸਾਹਮਣੇ ਕੋਈ ਨਵੀਂ ਗੱਲ ਆਵੇ ਜਿਹੜੇ ਅੱਜ ਤੋਂ 2 ਸਾਲ ਪਹਿਲਾਂ ਸੀ ਮੇਰੇ ਵਿਚਾਰ ਉਹ ਅੱਜ ਨਹੀਂ ਨੇ ਮੇਰੇ ਵਿਚਾਰ ਉਹ ਮੈਂ ਕਹਿੰਦਾ ਕਿ ਡਿਵੈਲਪਮੈਂਟ ਹੁੰਦੀ ਰਹਿੰਦੀ ਹੈ ਵਿਚਾਰਾਂ ਦੇ ਵਿੱਚ ਕਈ ਵਾਰ ਹੋ ਸਕਦਾ ਕਿ ਉਹਨਾਂ ਵਿਚਾਰਾਂ ਨਾਲ ਕਿਸੇ ਨੂੰ ਕੋਈ ਸਮੱਸਿਆ ਹੋਵੇ ਜਾਂ ਕਿਸੇ ਤਰੀਕੇ ਨਾਲ ਕੋਈ ਉਹ ਹੋਵੇ ਪਰ ਇਹ ਗੱਲ ਹੈ ਕਿ ਜਿਵੇਂ ਅਸੀਂ ਵੀ ਸਮਝਦੇ ਸੀ ਕਿ 1992 ਦੀਆਂ ਚੋਣਾਂ ਦਾ ਬਾਈਕਾਟ ਜਿਹੜਾ ਹੈ ਉਹ ਸੰਘਰਸ਼ ਦੇ ਵਿੱਚ ਰੋੜਾ ਬਣਿਆ ਤੇ ਉਸਨੇ ਸੰਘਰਸ਼ ਨੂੰ ਢਾਹ ਲਾਈ ਪਰ ਏਦਾਂ ਦੀ ਗੱਲ ਹੁਣ ਜਿਵੇਂ ਮੈਂ ਸੋਚਦਾ ਜਾਂ ਅਸੀਂ ਸੋਚ ਵਿਚਾਰ ਕਰਦੇ ਹਾਂ ਅਜਿਹੀ ਗੱਲ ਨਹੀਂ ਹੈ ਹਰ ਖਾਲਿਸਤਾਨੀ ਲੀਡਰਾਂ ਨੂੰ ਜਿਸ ਨੂੰ ਜਿਹੜਾ ਖਾਲਿਸਤਾਨ ਦੀ ਲਹਿਰ ਦੀ ਅਗਵਾਈ ਸੌਂਪੀ ਗਈ ਉਹ ਖਾਲਿਸਤਾਨ ਕਹਿਣ ਦੀ ਬਜਾਏ ਵੱਧ ਅਧਿਕਾਰ ਪੂਰਨ ਆਜ਼ਾਦੀ ਜਾਂ ਫੈਡਰਲ ਢਾਂਚੇ ਦੀ ਗੱਲ ਕਰਦਾ ਰਿਹਾ ਜਿਹਨੂੰ ਵੀ ਇਹ ਅਗਵਾਈ ਸੌਂਪੀ ਗਈ ਇਹਦੇ ਕਾਰਨ ਖਾੜਕੂਆਂ ਦਾ ਤੇ ਖਾਲਿਸਤਾਨੀ ਲੀਡਰਾਂ ਦਾ ਟਕਰਾਅ ਕੁਦਰਤੀ ਹੋਣਾ ਹੀ ਸੀ ਉਸੇ ਟਕਰਾਅ ਚੋਂ ਅਜਿਹਾ ਮਾਹੌਲ ਪੈਦਾ ਹੋਇਆ ਅਜਿਹੀਆਂ ਨਵੀਆਂ ਕਹਾਣੀਆਂ ਬਣੀਆਂ ਜਿਨ੍ਹਾਂ ਨੇ ਲੋਕ ਲਹਿਰ ਨੂੰ ਸੰਘਰਸ਼ ਨਾਲ ਤੋੜ ਦਿੱਤਾ ਤੇ ਸੰਘਰਸ਼ ਕਮਜ਼ੋਰ ਹੋ ਕੇ ਖਤਮ ਹੋ ਗਿਆ ਪਤਨ ਹੋ ਗਿਆ ਡਿੱਗ ਗਿਆ ਉਹ ਸੰਘਰਸ਼ ਪਰ ਸਭ ਖਾੜਕੂਆਂ ਨੂੰ 1992 ਦੇ ਚੋਣ ਬਾਈਕਾਟ ਦਾ ਬਹਾਨਾ ਬਣਾ ਕੇ ਗਦਾਰ ਕਹਿ ਕੇ ਬਦਨਾਮ ਕੀਤਾ ਜਾਂਦਾ ਰਿਹਾ ਜਦਕਿ 1980 ਚ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਨੇ ਚੋਣਾਂ ਦਾ ਰੱਦ ਇਨਕਾਰ ਕਰ ਦਿੱਤਾ ਸੀ ਇਹਦੇ ਚ ਇਹਦੇ ਕਾਰਨ ਦਰਬਾਰਾ ਸਿੰਘ ਦੀ ਕਾਂਗਰਸ ਦੀ ਸਰਕਾਰ ਪੰਜਾਬ ਚ ਬਣੀ ਇਹਨੇ ਸਿੱਖਾਂ ਤੇ ਬਹੁਤ ਜ਼ੁਲਮ ਕੀਤੇ ਤੇ ਸੰਤ ਜਰਨੈਲ ਸਿੰਘ ਜੀ ਦਰਬਾਰਾ ਸਿੰਘ ਦੀ ਤੁਲਨਾ ਅਕਸਰ ਹੀ ਆਪਣੇ ਭਾਸ਼ਣਾਂ ਚ ਜ਼ਕਰੀਆ ਖਾਨ ਨਾਲ ਕਰਦੇ ਸੀ ਇਹ ਆਪਾਂ ਸੁਣ ਚੁੱਕੇ ਹਾਂ ਉਹਨਾਂ ਦੇ ਭਾਸ਼ਣ ਪਰ ਕਦੇ ਸੰਤ ਜੀ ਨੂੰ ਕਿਸੇ ਨੇ ਗਦਾਰ ਨਹੀਂ ਕਿਹਾ ਕਿ ਤੁਹਾਡੇ ਚੋਣਾਂ ਨਾ ਲੜਨ ਕਾਰਨ ਕਾਂਗਰਸ ਦੀ ਸਰਕਾਰ ਬਣ ਗਈ ਤੇ ਉਹਨੇ ਸਿੱਖਾਂ ਤੇ ਜ਼ੁਲਮ ਕੀਤਾ ਫਿਰ 1985 ਦੀ ਗੱਲ ਕਰੀਏ 1985 ਚ ਬਾਬਾ ਜਗਵਿੰਦਰ ਸਿੰਘ ਜੀ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਦੇ ਪਿਤਾ ਜੀ ਸਨ ਉਹਨਾਂ ਨੇ ਚੋਣਾਂ ਦਾ ਬਾਈਕਾਟ ਕੀਤਾ ਉਹਦੇ ਕਾਰਨ ਬਰਨਾਲਾ ਸਰਕਾਰ ਬਣੀ ਉਹਦੇ ਵੀ ਸਿੱਖਾਂ ਤੇ ਜ਼ੁਲਮ ਕੀਤਾ ਅਸਲ ਚ ਖਾਲਿਸਤਾਨੀ ਜਿਹੜੇ ਜ਼ਾਹਰਾ ਤੌਰ ਤੇ ਕੰਮ ਕਰਨ ਵਾਲੇ ਲੀਡਰ ਨੇ ਉਹਨਾਂ ਦਾ ਮਕਸਦ ਸਿਰਫ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਸੀ ਤੇ ਖਾੜਕੂਆਂ ਦਾ ਮਕਸਦ ਕੌਮ ਦਾ ਵੱਖਰਾ ਘਰ ਖਾਲਿਸਤਾਨ ਗੱਲ ਸਮਝ ਪੈਂਦੀ ਹੈ ਤੇ ਜਿਹੜੇ ਖਾਲਿਸਤਾਨੀ ਲੀਡਰ ਸਨ ਉਹਨਾਂ ਦਾ ਜਿਹੜਾ ਮਕਸਦ ਇੱਕ ਮਾਤਰ ਕੁਰਸੀ ਤੇ ਕਬਜ਼ਾ ਕਰਨਾ ਸੀ ਜਦਕਿ ਜਿਹੜੇ ਸੰਘਰਸ਼ ਕਰ ਰਹੇ ਸੀ ਕਮਾਦਾਂ ਚ ਰਾਤਾਂ ਕੱਟ ਕੇ ਤਸੀਹੇ ਝੱਲਣ ਵਾਲੇ ਤੇ ਹੋਰ ਗੋਲੀਆਂ ਖਾਣ ਵਾਲੇ ਉਹਨਾਂ ਦਾ ਨਿਸ਼ਾਨਾ ਸੀ ਖਾਲਿਸਤਾਨ ਜਦੋਂ 1993 ਚ ਅਖੀਰਲੇ ਖਾੜਕੂ ਸਭ ਤੋਂ ਅਖੀਰਲੇ ਆਖਰੀ ਜਰਨੈਲ ਬਾਬਾ ਗੁਰਬਚਨ ਸਿੰਘ ਮਾਨਵਚਾਲ ਸ਼ਹੀਦ ਹੋਏ ਤਾਂ ਸਾਰੇ ਅਕਾਲੀ ਲੀਡਰਾਂ ਨੇ ਮਿਲ ਕੇ 29 ਅਪ੍ਰੈਲ 1986 ਨੂੰ ਹੋਏ ਖਾਲਿਸਤਾਨ ਦੇ ਐਲਾਨਨਾਮੇ ਨੂੰ ਖਤਮ ਕਰਨ ਦੇ ਲਈ 2 ਮਈ 1994 ਨੂੰ ਪੰਥ ਦਾ ਖਾਲਿਸਤਾਨ ਦੀ ਬਜਾਏ ਨਵਾਂ ਨਿਸ਼ਾਨਾ ਬਣਾਉਣ ਲਈ ਅੰਮ੍ਰਿਤਸਰ ਦਾ ਐਲਾਨਨਾਮਾ ਕੀਤਾ ਸਾਡੇ ਵੀਰਾਂ ਦੇ ਜਿਹੜੇ ਫੋਨ ਜੁੜੇ ਹੋਏ ਨੇ 3 ਮਿੰਟ ਹੋਰ ਗੱਲ ਕਰਾਂਗੇ ਪ੍ਰਜੋਤ ਪਾਲ ਜੀ ਤੇ ਸਾਡੇ ਵੀਰ ਜੀ ਹੋਰ ਜੁੜੇ ਹੋਏ ਨੇ ਬਹੁਤ ਸਾਰੇ ਸਾਡੇ ਫੋਨਾਂ ਦੇ ਉੱਤੇ ਤੇ ਤਕਨੀਕੀ ਖਰਾਬੀ ਦੇ ਕਾਰਨ ਸਾਡਾ ਜਿਹੜਾ ਸੰਪਰਕ ਸੀ ਉਹ ਟੁੱਟ ਵੀ ਗਿਆ ਸੀ 2 ਵਾਰ ਸਾਡੀ ਕਾਲ ਜਿਹੜੀ ਹੈ ਉਹ ਕਰ ਚੁੱਕੀ ਹੈ ਤੇ ਪ੍ਰਜੋਤ ਪਾਲ ਜੀ ਤੇ ਹੋਰ ਜਿਹੜੇ ਵੀਰ ਨੇ ਉਹ 2 ਮਿੰਟ ਮਤਲਬ ਬਣੇ ਰਹਿਣ ਸਾਡੇ ਨਾਲ ਸੋ
ਅਸੀਂ ਦੇਖਦੇ ਹਾਂ ਗੱਲਬਾਤ ਤੇ ਅੱਗੇ ਤੋਰਦੇ ਹਾਂ ਆਪਣੀ। ਸੋ ਆਖਰੀ ਜਿਹੜੇ ਵੱਡੇ ਸੀਨੀਅਰ ਜਰਨੈਲ ਸਾਡੇ ਬਾਬਾ ਗੁਰਭਜਨ ਸਿੰਘ ਮਾਨੋਜਾਲ, ਉਹ 1994 ਚ ਸ਼ਹੀਦ ਹੁੰਦੇ ਨੇ ਤੇ 29 ਅਪ੍ਰੈਲ 1986 ਨੂੰ ਜਿਹੜਾ ਐਲਾਨਨਾਮਾ ਹੋਇਆ ਸੀ ਖਾਲਿਸਤਾਨ ਬਾਰੇ ਉਹਨੂੰ ਖਤਮ ਕਰਨ ਦੀ ਇੱਕ ਪਲੈਨਿੰਗ ਦੇ ਨਾਲ 2 ਮਈ 1994 ਨੂੰ ਖਾਲਿਸਤਾਨ ਦੀ ਬਜਾਏ ਇੱਕ ਨਵਾਂ ਅਸੀਂ ਅੰਮ੍ਰਿਤਸਰ ਐਲਾਨਨਾਮਾ ਦੇਖਦੇ ਹਾਂ ਜਿਹੜਾ ਵੱਖਰਾ ਮੁਲਕ ਖਾਲਿਸਤਾਨ ਦੀ ਬਜਾਏ ਭਾਰਤ ਚ ਇੱਕ ਸੰਘੀ ਢਾਂਚੇ ਦੀ ਗੱਲ ਕਰਦਾ ਸੀ। ਤੇ ਇਹਦੇ ਚ ਇੱਕ ਪਲੈਨਿੰਗ ਦੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਨੇ ਜਗਦੇਵ ਸਿੰਘ ਤਲਵੰਡੀ, ਸੁਖਮੇਰ ਸਿੰਘ ਬਾਲਾ, ਕੈਪਟਨ ਅਮਰਿੰਦਰ ਸਿੰਘ, ਸੁਰਜੀਤ ਸਿੰਘ ਬਰਨਾਲਾ ਤੇ ਹੋਰ ਭਾਈ ਮਨਜੀਤ ਸਿੰਘ ਦੀ ਜਿਹੜੀ ਅਸੀਂ ਪਿੱਛੇ ਗੱਲ ਕੀਤੀ ਹੈ ਇਹਨਾਂ ਸਾਰਿਆਂ ਨੂੰ ਮਿਲਾ ਕੇ ਉੱਥੇ ਸਰਦਾਰ ਮਾਨ ਦੇ ਨਾਲ ਜੋੜਨ ਦੀ ਇੱਕ ਕੋਸ਼ਿਸ਼ ਕੀਤੀ ਤਾਂ ਕਿ ਸਰਦਾਰ ਮਾਨ ਨੂੰ ਇਹ ਵੀ ਭੁਲੇਖਾ ਪੈਂਦਾ ਰਹੇ ਕਿ ਇਹ ਲੋਕ ਹੁਣ ਉਹਨਾਂ ਦੇ ਨਾਲ ਜਿਹੜੇ ਨੇ ਉਹ ਜੁੜ ਚੁੱਕੇ ਨੇ ਪੂਰੇ ਤੌਰ ਦੇ ਉੱਤੇ ਤੇ ਉਹਨਾਂ ਦੀ ਲਹਿਰ ਨੂੰ ਜਿਹੜਾ ਹੁਲਾਰਾ ਮਿਲਿਆ। ਸੋ ਜਿਹੜੀ ਸੰਘਰਸ਼ ਦੀ ਅੱਜ ਅਸੀਂ ਮਾੜੀ ਹਾਲਤ ਦੇਖ ਰਹੇ ਹਾਂ ਮੈਨੂੰ ਲੱਗਦਾ ਕਿ ਇਹ ਉਸੇ ਐਲਾਨਨਾਮੇ ਦੇ ਕਾਰਨ ਲੱਗਦੀ ਹੈ, ਪਰ ਇਹਦੇ ਬਾਰੇ ਸਾਡੇ ਜਿਹੜੇ ਵਿਚਾਰਵਾਨ ਸਰੋਤੇ ਨੇ ਉਹ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤਾਂ ਖਾੜਕੂ ਤਾਂ ਖਾਲਿਸਤਾਨ ਉੱਤੇ ਪਹਿਰਾ ਦਿੰਦੇ ਹੋਏ ਸ਼ਹੀਦ ਹੋ ਗਏ ਜਾਂ ਜੇਲ੍ਹਾਂ ਚ ਬੰਦ ਹੋ ਗਏ, ਪਰ ਜਿਹੜੀ ਅਸੀਂ ਓਵਰਗਰਾਊਂਡ ਲੀਡਰਸ਼ਿਪ ਦੇਖਦੇ ਹਾਂ ਖਾਲਿਸਤਾਨ ਦੀ ਉਹਦੇ ਚ ਸਮੇਂ ਦੇ ਨਾਲ ਜਿਹੜੇ ਬਦਲਾਅ ਆਉਂਦੇ ਗਏ ਸੋ ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਤੇ ਸਭ ਤੋਂ ਪਹਿਲਾਂ ਪ੍ਰਭਜੋਤ ਪਾਲ ਸਿੰਘ ਜੀ ਸਵਾਗਤ ਹੈ ਤੁਹਾਡਾ ਤਹਿ ਦਿਲੋਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਖਾਲਿਸਤਾਨ ਦੇ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ। ਸਵਾਗਤ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ, ਦੇਖੋ ਤੁਸੀਂ ਇਸ਼ੂ ਜਿਹੜਾ ਆ ਖਾਲਿਸਤਾਨ ਇੱਕ ਮੇਨ ਫੋਕਸ ਰੱਖਿਆ ਹੈਗਾ ਤੇ ਇਸ ਗੱਲ ਤੇ ਜਿੰਨੇ ਵੀ ਅਸੀਂ ਭਾਈ ਸਿੱਖ ਹੈਗੇ ਹਾਂ ਸਾਰੇ ਖਾਲਿਸਤਾਨ ਦੇ ਉੱਤੇ ਕੇਂਦਰਿਤ ਹੈਗੇ ਹਾਂ, ਖਾਲਿਸਤਾਨ ਲਈ ਅਸੀਂ ਸੰਘਰਸ਼ ਕਰ ਰਹੇ ਹਾਂ। ਉਹਦੇ ਵਿੱਚ ਸੰਘਰਸ਼ ਖਾੜਕੂਆਂ ਨੇ ਵੀ ਕੀਤਾ ਤੇ ਸਾਡੀ ਲੀਡਰਸ਼ਿਪ ਨੇ ਵੀ ਕੀਤਾ। ਹੁਣ ਦੇਖੋ ਗੱਲ ਇਹ ਆ ਵੀ ਕੋਈ ਗਲਤੀ ਕਿਸੇ ਨੇ ਕੀਤੀ ਤੇ ਕੋਈ ਗਲਤੀ ਕਰ ਰਿਹਾ, ਜਿਹੜੀਆਂ ਗਲਤੀਆਂ ਕਰਕੇ ਬੰਦਾ ਸਹੀ ਰਸਤੇ ਤੇ ਚੱਲ ਪਵੇ ਉਹ ਬੰਦਾ ਸਹੀ ਆਪਾਂ ਨੂੰ ਕਹਿਣਾ ਚਾਹੀਦਾ, ਜਿਹੜਾ ਸਹੀ ਕਰਦਾ ਕਰਦਾ ਗਲਤ ਰਸਤੇ ਵੱਲ ਨੂੰ ਤੁਰ ਪਵੇ ਉਸ ਬੰਦੇ ਤੋਂ ਆਪਾਂ ਨੂੰ ਗੁਰੇਜ਼ ਕਰਨਾ ਚਾਹੀਦਾ। ਭਾਈ ਗਜਿੰਦਰ ਸਿੰਘ ਹੋਣਾ ਦੀ ਤੁਸੀਂ ਗੱਲ ਕੀਤੀ, ਉਹਨਾਂ ਦੀ ਚਿੱਠੀ ਦਾ ਤੁਸੀਂ ਰੈਫਰੈਂਸ ਦਿੱਤਾ, ਉਹਦੇ ਵਿੱਚ ਉਹਨੇ ਇਹ ਗੱਲ ਇੱਕ ਲਿਖੀ ਹੈਗੀ ਆ ਵੀ ਸਾਨੂੰ ਇਕੱਤਰ ਹੋ ਕੇ ਮਤ ਭੇਦ ਭੁਲਾ ਕੇ ਤੇ ਖਾਲਿਸਤਾਨ ਲਈ ਵਰਕ ਕਰਨਾ ਚਾਹੀਦਾ। ਹੁਣ ਸਾਨੂੰ ਦੇਖਣਾ ਚਾਹੀਦਾ ਕਿ ਖਾਲਿਸਤਾਨ ਲਈ ਵਰਕ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ। ਦੇਖੋ ਖਾੜਕੂਆਂ ਨੇ ਆਪਣਾ ਬਹੁਤ ਸੋਹਣਾ ਯੋਗਦਾਨ ਪਾਇਆ, ਬਹੁਤ ਸੋਹਣਾ ਸੰਘਰਸ਼ ਚਲਾਇਆ, ਪਰ ਉਹ ਫੇਲ ਹੋਣ ਦੇ ਕਾਰਨ ਤੁਸੀਂ ਇੱਕ ਗੱਲ ਕਹਿ ਗਏ ਵੀ ਸੁਜਾ ਚੀਨਾ ਜਿਹੜਾ 1992 ਦਾ ਇਲੈਕਸ਼ਨ ਜਿਹੜਾ ਕੈਂਸਲ ਬਾਈਕਾਟ ਕਰਨਾ ਉਹ ਗਲਤੀ ਪ੍ਰਚਾਰਿਆ ਜਾਂਦਾ ਸੀ, ਪਰ ਉਹ ਗਲਤੀ ਨਹੀਂ, ਮੈਂ ਇੱਥੇ ਤੁਹਾਡੇ ਨਾਲ ਅਸਹਿਮਤ ਹਾਂ। ਉਹ ਇਸ ਤਰ੍ਹਾਂ ਕਿ ਖਾੜਕੂਆਂ ਦਾ ਸੰਘਰਸ਼ ਬਹੁਤ ਵਧੀਆ ਚੱਲ ਰਿਹਾ ਸੀ ਤੇ ਉਸ ਸੰਘਰਸ਼ ਨੂੰ ਜੇ ਖਤਮ ਕੀਤਾ ਤਾਂ ਉੱਥੇ ਦੀ ਸਰਕਾਰ ਨੇ, ਤੁਸੀਂ ਗੱਲ ਕੀਤੀ ਹੈ ਰਬੈਰੋ ਦੀ, ਰਬੈਰੋ ਤੋਂ ਬਾਅਦ KPS ਗਿੱਲ ਦੀ, ਹੁਣ KPS ਗਿੱਲ ਨੂੰ ਉੱਥੇ ਨਿਯੁਕਤ ਕੇਨ ਕੀਤਾ ਜਿਹੜੀ ਉਸ ਸਮੇਂ ਦੀ ਜਿਹੜੀ ਆ ਸ਼ਾਸਕ ਸਰਕਾਰ ਸੀ। ਜੇ 1992 ਚ ਅਸੀਂ ਇਲੈਕਸ਼ਨ ਜਿੱਤ ਕੇ ਤੇ ਦੂਜਾ ਸਾਡੀ ਆਪਣੀ ਸਿੱਖਾਂ ਦੀ ਸਰਕਾਰ ਬਣੀ ਹੁੰਦੀ ਤਾਂ KPS ਗਿੱਲ ਵਰਗਾ ਉੱਥੇ ਦੂਜਾ ਕਿੰਨਾ ਮੁਖੀ ਨਹੀਂ ਲਾਉਂਦੀ, ਉਹ ਉੱਥੇ ਉਹ ਮੁਖੀ ਲਾਉਂਦੀ ਜਿਹੜਾ ਸਿੱਖ ਹਿੱਤਾਂ ਲਈ ਕੰਮ ਕਰਦਾ ਤੇ ਉਹ ਫਿਰ ਸਿੱਖਾਂ ਦੇ ਜਿਹੜੇ ਜਾ ਕੇ ਨਾ ਸਾਡੇ ਸੰਘਰਸ਼ ਕਰ ਰਿਹਾ ਸੀ ਉਹਨਾਂ ਨੂੰ ਮਾਰਦਾ ਨਾ, ਸਗੋਂ ਤੇ ਉਹਨਾਂ ਨੂੰ ਜਾ ਕੇ ਨਾ ਉਹਨਾਂ ਨਾਲ ਗੱਲਬਾਤ ਕਰਨ ਦੀ ਸਰਕਾਰ ਕੋਸ਼ਿਸ਼ ਕਰਦੀ ਵੀ ਹਾਂ ਤੁਹਾਡੀਆਂ ਕੀ ਗੱਲਾਂ ਆਓ ਆਪਾਂ ਬੈਠ ਕੇ ਗੱਲ ਕਰੀਏ। ਜਿਹੜੀ ਗੱਲ ਆ ਸਰਦਾਰ ਮਾਨੋਚਾਲ ਹੋਣਾ ਦੀ ਤੁਸੀਂ ਗੱਲ ਕੀਤੀ, ਉਹਨੇ ਚਿੱਠੀ ਲਿਖੀ, ਬਿਲਕੁਲ ਉਹਨੇ ਚਿੱਠੀ ਲਿਖੀ, ਪਰ ਉਹੀ ਬਾਬਾ ਮਾਨੋਚਾਲ ਜੀ ਨੇ ਇਸ ਗੱਲ ਨੂੰ ਐਡਮਿਟ ਵੀ ਕੀਤਾ ਵੀ ਹਾਂ ਭਾਈ ਜਿਹੜਾ ਆ ਅਸੀਂ ਉਦੋਂ ਬਾਈਕਾਟ ਕੀਤਾ ਉਹ ਅਸੀਂ ਗਲਤੀ ਕੀਤੀ ਆ, ਉਹਨੇ ਗੱਲ ਕਹੀ ਆ ਤੇ ਅਸੀਂ ਜਿਹੜਾ ਜਿਹੜਾ ਸੰਘਰਸ਼ ਆ ਇਹ ਦੇਖੋ ਜਿਹੜਾ ਕਰੰਟ ਆ 30 ਤੇ ਠੰਡੀ ਤਾਰ ਚ, ਉਹਨਾਂ ਦੇ ਆਪਣੇ ਬਿਆਨ ਹੈਗੇ ਆ 30 ਤੇ ਠੰਡੀ ਤਾਰ ਚ ਕਰੰਟ ਚੱਲਦਾ, ਜੇ 30 ਤੇ ਠੰਡੀ ਤਾਰ ਨਾ ਹੋਵੇ ਤਾਂ ਬਲਬ ਨਹੀਂ ਜਗਦਾ। ਜਿਹੜਾ ਜੇ ਅਸੀਂ ਰਾਜ ਦੀ ਪ੍ਰਾਪਤੀ ਚਾਹੁੰਦੇ ਹਾਂ ਤੇ ਸਾਨੂੰ ਸੰਘਰਸ਼ ਜਾ ਕੇ ਨਾ ਦੋਏ ਤਰ੍ਹਾਂ ਜਾਰੀ ਰੱਖਣਾ ਚਾਹੀਦਾ ਤੇ ਉਹਲੇ ਸਾਨੂੰ ਰਾਜਨੀਤਿਕ ਪਾਵਰ ਬਹੁਤ ਜ਼ਰੂਰੀ ਆ, ਜਿਹੜਾ ਸਾਨੂੰ ਸਿੱਖਾਂ ਨੂੰ ਜਿਹੜਾ ਸਰਕਾਰ ਨੇ ਰਾਜਨੀਤਿਕ ਤਾਕਤ ਰਾਹੀਂ ਬਦਨਾਮ ਕੀਤਾ, ਉਹਨੀ ਜਿਹੜੇ ਉੱਥੇ ਦੇ ਬਦਮਾਸ਼ ਲੋਕ ਸੀ
ਉਹਨਾਂ ਨੂੰ ਖਾੜਕੂਆਂ ਦਾ ਰੂਪ ਦੇ ਕੇ ਦੂਜਾ ਕਿਹਨਾਂ ਲੋਕਾਂ ਵਿੱਚ ਕਾਲਿਆਂ ਕੱਚਿਆਂ ਅਰਗੇ ਦੂਜਾ ਕਿਹਨਾਂ ਕੰਮ ਕਰਾਏ ਜਿਹੜੇ ਪੈਂਕੀ ਕੈਟ ਅਰਗੇ ਆ ਉਹ ਸਰਕਾਰਾਂ ਨੇ ਉਹਨਾਂ ਨੂੰ ਸਿੱਖਾਂ ਦੇ ਵਿੱਚ ਰਲਾ ਕੇ ਉਹਨਾਂ ਦੇ ਰਾਹੀਂ ਉਹ ਸਾਡੇ ਖਾੜਕੂਆਂ ਦਾ ਜਿਹੜਾ ਕਤਲੇਆਮ ਕੀਤਾ ਸਾਡੇ ਜਿਹੜੇ ਸਿੰਘ ਸ਼ਹੀਦ ਕੀਤੇ ਜੇ ਸਾਡੀ ਆਪਣੀ ਸੋਚ ਦੀ ਸਰਕਾਰ ਹੁੰਦੀ ਤਾਂ ਸਾਡੀ ਆਪਣੀ ਸੋਚ ਦੀ ਸਰਕਾਰ ਉਹ ਖਾਲਿਸਤਾਨ ਲਈ ਕੰਮ ਕਰਦੀ ਹੁਣ ਗੱਲ ਤੁਸੀਂ ਗੱਲ ਕੀਤੀ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣੀ ਬਿਆਨ ਦਿੱਤਾ ਦੇਖੋ ਉਸ ਟਾਈਮ ਜਦੋਂ ਭਵਾਂ ਦੀ ਮਾਨ ਸਾਹਿਬ ਇੱਕ ਐਜ ਐਮ ਪੀ ਆਏ ਸੀ ਪਰ ਮਾਨ ਸਾਹਿਬ ਪਾਰਟੀ ਨਹੀਂ ਸੀਗੇ ਮਾਨ ਸਾਹਿਬ ਤਾਂ ਇੱਕ ਜੇਲ੍ਹ 'ਚ ਬੈਠਾ ਇਨਸਾਨ ਸੀਗਾ ਜਿਹਨੂੰ ਪਾਰਟੀ ਨੇ ਟਿਕਟ ਦੇ ਕੇ ਜਿਤਾਇਆ ਸੀ ਜਦੋਂ ਵੀ ਮਾਨ ਸਾਹਿਬ ਨੇ ਕੋਈ ਗੱਲ ਕੀਤੀ ਹੈਗੀ ਆ ਜੇ ਉਹਨਾਂ ਨੂੰ ਇਹ ਗੱਲ ਦੱਸੀ ਗਈ ਆ ਵੀ ਆਹ ਭਾਈ ਇੱਥੇ ਆਹ ਗੱਲ ਏਦਾਂ ਨਹੀਂ ਏਦਾਂ ਤਾਂ ਦੂਜਾ ਮਾਨ ਸਾਹਿਬ ਨੇ ਆਪਣਾ ਸਟੈਂਡ ਲਿਆ ਜਿਸ ਤਰ੍ਹਾਂ ਸ੍ਰੀ ਸਾਹਿਬ ਵਾਲਾ ਵੀ ਮਸਲਾ ਆ ਉਹ ਮਾਨ ਸਾਹਿਬ ਦਾ ਮਸਲਾ ਨਹੀਂ ਸੀ ਉਹ ਧਿਆਨ ਸਿੰਘ ਮੰਡ ਹੋਣਾ ਦੀ ਸ੍ਰੀ ਸਾਹਿਬ ਦਾ ਮਸਲਾ ਸੀ ਜਦੋਂ ਪੰਥ ਨੇ ਹੁਕਮ ਕੀਤਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਤੇ ਉਹਨੀ ਉਸ ਗੱਲ ਨੂੰ ਤੇ ਅੱਗੇ ਲੈ ਕੇ ਗਏ ਤੇ ਉਹ ਆਪਣੇ ਥਾਂ ਖੜ ਕੇ ਉਹਨੀ ਸੰਘਰਸ਼ ਕੀਤਾ ਵੀ ਭਵਾਂ ਦੀ ਅੱਜ ਜਿਹੜੀ ਕੌਮ ਆ ਸਰਦਾਰ ਮਾਨ ਨੂੰ ਇਸ ਗੱਲ ਤੇ ਦੋਸ਼ੀ ਦਿੰਦੀ ਆ ਪਰ ਉਹ ਪੰਥ ਦਾ ਹੁਕਮ ਸੀਗਾ ਇਸੇ ਤਰ੍ਹਾਂ ਜਦੋਂ ਜਦੋਂ ਅਸੀਂ ਪੰਥ ਨੇ ਦੂਜਾ ਕਹਿੰਦਾ ਆਪਣੇ ਜਿਹੜੇ ਦੋਏ ਪੱਖ ਨਹੀਂ ਦੇਖੇ ਹੁਣ ਪ੍ਰੋਫੈਸਰ ਦਰਸ਼ਨ ਸਿੰਘ ਉਹਨਾਂ ਦੀ ਗੱਲ ਕੀਤੀ ਆ ਪ੍ਰੋਫੈਸਰ ਦਰਸ਼ਨ ਸਿੰਘ ਉਹਨਾਂ ਨਾਲ ਸਰਕਾਰ ਨਾਲ ਗੱਲ ਕਰਕੇ ਖਾੜਕੂਆਂ ਤੋਂ ਦੂਜਾ ਕਹਿੰਦਾ ਜਿਹੜੀ ਆਪਣੇ ਜਿਹੜੇ ਮੁਕਾਬਲੇ ਬੰਦ ਕਰਵਾਤੇ ਖਾੜਕੂਆਂ ਨੂੰ ਕਹਿਤਾ ਵੀ ਗੋਲੀ ਨਹੀਂ ਚਲਾਉਣੀ ਗੋਲੀਬੰਦੀ ਕਰਵਾਤੀ ਦੂਸਰੇ ਪਾਸੇ ਉਸ ਟਾਈਮ ਦੀ ਸਰਕਾਰ ਲਗਾਤਾਰ ਖਾੜਕੂਆਂ ਨੂੰ ਫੜ ਫੜ ਕੇ ਉਹਨਾਂ ਨੂੰ ਸ਼ਹੀਦ ਕਰਦੀ ਰਹੀ ਜੇ ਉੱਥੇ ਸਰਕਾਰ ਜੇ ਆਪਣੀ ਹੁੰਦੀ ਤਾਂ ਉੱਥੇ ਉਹ ਆਪਣੀ ਸਰਕਾਰ ਇਹੋ ਕੰਮ ਕਰਦੀ ਜੇ ਉਹਨੇ ਦੂਜਾ ਕਿਹਨਾਂ ਸਮਝੌਤਾ ਕੀਤਾ ਸੀ ਖਾੜਕੂਆਂ ਨਾਲ ਵੀ ਆਪਾਂ ਦੂਜਾ ਹਥਿਆਰਬੰਦੀ ਕਰਕੇ ਆਪਾਂ ਟੇਬਲ ਤੇ ਬੈਠ ਕੇ ਗੱਲ ਕਰੀਏ ਤਾਂ ਆਪਣੀ ਸਰਕਾਰ ਤੇ ਉਹਨਾਂ ਨਾਲ ਬੈਠ ਕੇ ਗੱਲ ਕਰਦੀ ਨਾ ਕਿ ਵਾਅਦੇ ਤੋਂ ਮੁੱਕਰਦੀ ਜਿਸ ਤਰ੍ਹਾਂ ਵਕਤ ਦੀ ਸਰਕਾਰ ਮੁੱਕਰੀ ਸੋ ਇਸ ਗੱਲ ਨੂੰ ਨਕਾਰਨਾ ਵੀ ਜਿਹੜਾ ਜਿਹੜਾ ਰਾਜਨੀਤਿਕ ਤਾਕਤ ਆ ਉਹ ਇੱਕ ਦੂਜਾ ਹਥਿਆਰ ਦਾ ਕੰਮ ਨਹੀਂ ਕਰਦੀ ਤੇ ਸਾਡੀ ਸਭ ਤੋਂ ਵੱਡੀ ਭੁੱਲ ਹੋਊਗੀ ਜਿਹੜੀ ਅੱਧੀ ਇਨਫੋਰਮੇਸ਼ਨ ਆ ਉਹ ਸਦਾ ਹੀ ਘਾਤਕ ਹੁੰਦੀ ਆ ਜਿਸ ਤਰ੍ਹਾਂ ਸਰਦਾਰ ਸੁਰਿੰਦਰ ਸਿੰਘ ਜੀ ਇੱਕ ਤੁਸੀਂ ਦੂਜਾ ਕਿੰਨਾ ਦੂਜਾ ਸ਼ੇਅਰ ਵੀ ਕੀਤਾ ਹੈਗਾ ਇੱਕ ਵਟਸਐਪ ਤੇ ਅੱਜ ਕੱਲ ਚੱਲ ਰਹੀ ਹੈਗੀ ਆ ਅਤਿੰਦਰਪਾਲ ਸਿੰਘ ਦੀ ਸਰਦਾਰ ਕੁਲਦੀਪ ਸਿੰਘ ਦੂਜਾ ਕੇ ਆਰ ਪੀ ਆਈ 1550 ਸਰੀ ਵਾਲੇ ਰੇਡੀਓ ਤੇ ਇੱਕ ਇੰਟਰਵਿਊ ਹੈਗੀ ਆ ਜੇ ਉਸ ਇੰਟਰਵਿਊ ਨੂੰ ਤੁਹਾਨੂੰ ਜੇਨ ਵੀ ਉਹ ਭੇਜੀ ਉਹ ਅੱਧੀ ਭੇਜੀ ਆ ਜੇ ਉਹ ਸਾਰੀ ਦੀ ਸਾਰਾ ਸੈਗਮੈਂਟ ਭੇਜਿਆ ਹੁੰਦਾ ਤਾਂ ਮੇਰਾ ਖਿਆਲ ਉਹਦੇ ਜਵਾਬ ਉਹਦੇ ਵਿੱਚ ਹੀ ਦਿੱਤੇ ਜਾਣੇ ਸੀ ਹੁਣ ਦੇਖੋ ਸਰਦਾਰ ਅਤਿੰਦਰਪਾਲ ਸਿੰਘ ਜਿਹੜੇ ਆ ਉਹ ਆਪਣੇ ਆਪ ਨੂੰ ਕਲੇਮ ਆਪਣੇ ਕੋਲ ਦੋ ਮਿੰਟ ਹੋਰ ਨੇ ਜੀ ਦੋ ਮਿੰਟ ਬੋਲੋ ਜੀ ਠੀਕ ਹੈ ਛੜੇਆਮ ਆਰ ਐਸ ਐਸ ਨੂੰ ਜੁਆਇਨ ਵੀ ਕਰ ਲਿਆ ਅਸੀਂ ਉਹਦੇ ਜਿਹੜੇ ਬਿਆਨ ਦਿੱਤੇ ਆ ਉਹਨਾਂ ਨੂੰ ਦੂਜਾ ਕਿੰਨਾ ਰਾਹੇ ਬਗਾਹੇ ਭੁੱਲ ਵਿੱਚ ਹੀ ਉਹਨਾਂ ਨੂੰ ਫੈਕਟਸ ਮੰਨ ਕੇ ਤਾਂ ਦੂਜਾ ਕਿੰਨਾ ਅਸੀਂ ਕਹਿੰਦੇ ਹਾਂ ਵੀ ਇਹੋ ਦੂਜਾ ਕਿੰਨਾ ਇੱਕ ਖਾਲਿਸਤਾਨੀ ਗੱਲ ਕਰ ਰਿਹਾ ਆ ਜਿਹੜਾ ਸਰਦਾਰ ਮਾਨ ਤੇ ਦੋਸ਼ ਲਾ ਰਿਹਾ ਹੁਣ ਜੇ ਅਤਿੰਦਰਪਾਲ ਸਿੰਘ ਖਾਲਿਸਤਾਨੀ ਜਿਹੜਾ ਜੰਮੂ ਵਿੱਚ ਜਾ ਕੇ ਕਹਿੰਦਾ ਵੀ ਮੈਂ ਖਾਲਿਸਤਾਨ ਦੀ ਗੱਲ ਕੀਤੀ ਮੈਂ ਖਾਲਿਸਤਾਨ ਦਾ ਅਧਿਕਾਰ ਦਵਾਇਆ ਤੇ ਜਿਹੜਾ ਜਿਹੜਾ ਸੁਪਰੀਮ ਕੋਰਟ ਦਾ ਹੁਕਮ ਆ ਸਰਦਾਰ ਮਾਨ ਦੇ ਹੱਕ ਵਿੱਚ ਵੀ ਖਾਲਿਸਤਾਨ ਦੀ ਗੱਲ ਕੀਤੀ ਜਾ ਸਕਦੀ ਜਿੱਥੋਂ ਹੁਣ ਅਸੀਂ ਇਹਨਾਂ ਗੱਲਾਂ ਦੀ ਪੜਚੋਲ ਹੀ ਨਹੀਂ ਕਰਦੇ ਸੋ ਸਰਦਾਰ ਸੁਰਿੰਦਰ ਸਿੰਘ ਜੀ ਗੱਲ ਮੈਂ ਇੱਥੇ ਹੀ ਮੁਕਾਉਣਾ ਤੇ ਜੇ ਅਸੀਂ ਖਾਲਿਸਤਾਨ ਦੀ ਪ੍ਰਾਪਤੀ ਕਰਨੀ ਆ ਤੇ ਰਾਜਨੀਤਿਕ ਪਾਵਰ ਬਹੁਤ ਜ਼ਰੂਰੀ ਆ ਉਹਦੇ ਲਈ ਸਾਨੂੰ ਲਗਾਤਾਰ ਸੰਘਰਸ਼ ਕਰਦੇ ਰਹਿਣਾ ਚਾਹੀਦਾ ਜਿਹੜੇ ਬੰਦਿਆਂ ਨੇ ਗਲਤੀਆਂ ਕੀਤੀਆਂ ਉਹਨਾਂ ਦੀਆਂ ਗਲਤੀਆਂ ਹੱਲ ਨਹੀਂ ਦੇਖਣਾ ਚਾਹੀਦਾ ਆਪਾਂ ਨੂੰ ਰਾਜਨੀਤਿਕ ਪਾਵਰ ਲੈ ਕੇ ਤੇ ਉੱਥੇ ਤੁਰਨਾ ਚਾਹੀਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਪ੍ਰਭਜੋਤਪਾਲ ਸਿੰਘ ਜੀ ਸਮਾਂ ਤੁਸੀਂ ਲੈ ਗਏ ਸਾਰਾ ਬਾਕੀ ਦੇ ਜਿਹੜੇ ਸਾਡੇ ਸਰੋਤੇ ਨੇ ਕਾਲਰ ਜੁੜੇ ਹੋਏ ਨੇ ਸਾਡੇ ਨਾਲ ਆਸਟ੍ਰੇਲੀਆ ਤੋਂ ਸੱਜਣ ਜੁੜੇ ਹੋਏ ਨੇ ਉਹਨਾਂ ਦਾ ਵੀ ਧੰਨਵਾਦ ਜੀ ਬਹੁਤ ਮਾਫ਼ੀ ਮੰਗ ਰਹੇ ਹੱਥ ਜੋੜ ਕੇ ਉਹਨਾਂ ਤੋਂ ਵੀ ਕਿਉਂਕਿ ਜਿਹੜਾ ਗੱਲਬਾਤ ਕਰਨੀ ਸੀ ਸਾਰਿਆਂ ਨਾਲ ਵਿਚਾਰ ਲੈਣੇ ਸੀ ਸਾਰਿਆਂ ਦੇ ਤੇ 23-16 ਨੰਬਰ ਹੋਰ ਵੀ ਕਈ ਨੰਬਰ ਨੇ ਮੈਂ ਇੱਥੇ ਜ਼ਿਕਰ ਨਹੀਂ ਕਰਾਂਗਾ ਕੰਨ ਫੜ ਕੇ ਸਾਰਿਆਂ ਤੋਂ ਮਾਫ਼ੀ ਮੰਗਦਾ ਜੀ ਤੇ ਬਿਲਕੁਲ ਜੀ ਤੁਹਾਡਾ ਸਾਰਿਆਂ ਦਾ ਜਿਹੜਾ ਹੈ ਧੰਨਵਾਦ ਕਰਦਾ ਤੇ ਕੱਲ ਫੇਰ ਮਿਲਾਂਗੇ ਜੀ ਇਸ ਪ੍ਰੋਗਰਾਮ ਨੂੰ ਆਪਾਂ ਅੱਗੇ ਵੀ ਤੋਰ ਸਕਦੇ ਹਾਂ
ਤੇ ਇਸ ਦੇ ਉੱਤੇ ਆਪਾਂ ਵਿਸ਼ੇਸ਼ ਤੌਰ ਦੇ ਉੱਤੇ ਗੱਲਬਾਤ ਕਰਾਂਗੇ। ਭਾਈ ਪ੍ਰਭਜੋਤ ਪਾਲ ਸਿੰਘ ਜੀ ਦਾ ਮੈਂ ਧੰਨਵਾਦ ਕਰਦਾ ਤੇ ਕੋਸ਼ਿਸ਼ ਕਰਿਆ ਕਰੋ ਕਿ ਵੇਟ ਕਰ ਲਿਆ ਕਰੋ ਪਹਿਲਾਂ, ਜੇ ਇਸ ਪ੍ਰੋਗਰਾਮ ਦੇ ਵਿੱਚ ਕੋਈ ਸਰੋਤਾ ਕਾਲ ਨਾ ਕਰੇ ਤਾਂ ਕਾਲ ਲਾ ਲਿਆ ਕਰੋ, ਨਹੀਂ ਨਵੇਂ ਜਿਹੜੇ ਸਰੋਤੇ ਨੇ ਉਹਨਾਂ ਨੂੰ ਮੌਕਾ ਜ਼ਰੂਰ ਦਿਆ ਕਰੋ ਤਾਂ ਕਿ ਇਸ ਮੰਚ ਦੇ ਉੱਤੇ, ਇਸ ਪਲੇਟਫਾਰਮ ਦੇ ਉੱਤੇ ਵਿਆਪਕ ਪੱਧਰ ਦੇ ਉੱਤੇ ਇੱਕ ਬਹਿਸ ਛੇੜੀ ਜਾ ਸਕੇ, ਇੱਕ ਬਹਿਸ ਸ਼ੁਰੂ ਕੀਤੀ ਜਾ ਸਕੇ ਤੇ ਅਸੀਂ ਸਾਰੇ ਇਸ ਪ੍ਰੋਗਰਾਮ ਦਾ ਹਿੱਸਾ ਬਣੀਏ। ਤੇ ਮੈਂ ਬਹੁਤ ਧੰਨਵਾਦ ਕਰਦੇ ਤੁਹਾਡਾ ਸਾਰਿਆਂ ਦਾ ਤੇ ਉਮੀਦ ਕਰਦਾ ਕਿ ਇਸੇ ਤਰੀਕੇ ਨਾਲ ਪਿਆਰ ਦਿੰਦੇ ਰਹੋਗੇ। ਹੱਕ ਸਾਜੀ ਆਵਾਜ਼ ਰੇਡੀਓ ਵਾਇਸ ਆਫ ਖਾਲਸਾ ਨੂੰ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸਿੱਖ ਸੁਸਾਇਟੀ ਆਫ ਇੰਡੀਆਨਾ ਦੀ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਬਹੁਤ ਬਹੁਤ ਧੰਨਵਾਦ, ਸੁਣਦੇ ਰਹੋ ਇਸੇ ਤਰ੍ਹਾਂ ਹੱਕ ਸਾਜੀ ਆਵਾਜ਼ ਰੇਡੀਓ ਵਾਇਸ ਆਫ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।